ਭਜਾਇਆ ਤਾਂ ਮਾਨ ਜਦ ਲਲਕਰੇ ਮਾਰਦਾ ਥਾਪੀਆਂ ਮਾਰਦਾ ਮੈਂ ਬਾਜਵਾ ਭਜਾ ਲਿਆ ਮੈਂ ਬੜਿੰਗ ਭਜਾ ਲਿਆ ਮੈਂ ਸੁਖਵੀਰ ਭਜਾ ਲਿਆ ਮੈਂ ਜਾਖੜ ਭਜਾ ਲਿਆ ਤੂੰ ਭੱਜਿਆ ਐਡਾ ਡਰ ਸਾਡਾ ਤੈਨੂੰ ਕਿ ਸਾਨੂੰ ਘਰੇ ਨਾਲ ਬੰਦ ਕਰ ਲੈ ਜੇ ਅਸੀਂ ਤੇ ਨਾ ਤੇਰੇ ਨਾਲ ਨਹੀਂ ਫਿਰ ਇੰਨਾ ਖੌਫ ਕਾਦਾ ਇੰਨਾ ਖੌਫ ਮੰਨ ਕੇ ਤੁਸੀਂ ਕਿ ਮੇਰੇ ਵਰਗੇ ਬੰਦੇ ਨੂੰ ਤੁਸੀਂ ਬੋਲਣ ਤੋਂ ਵੀ ਡਰਦੇ ਹੋ ਇਹਦਾ ਮਤਲਬ ਬੋਲਣ ਤੋਂ ਬੰਦਾ ਕੌਣ ਡਰਦਾ ਹੁੰਦਾ ਜਿਹੜੇ ਬੰਦੇ ਦੇ ਪੱਲੇ ਸੱਚ ਨਹੀਂ ਹੈਗਾ ਮੇਰੇ ਇੱਕ ਵੀ ਕਿਸੇ ਪੁਆਇੰਟ ਦੇ ਉੱਤੇ ਇੱਕ ਵੀ ਜਵਾਬ ਸਹੀ ਤਰੀਕੇ ਨਾਲ ਪੰਜਾਬ ਦਾ ਮੁੱਖ ਮੰਤਰੀ ਦੀਰੇ ਮੈਂ ਦੇਣਦਾਰ ਹਾਂ ਮੈਂ ਫੇਰ ਕਹਿਣਾ ਮੈਂ ਅੱਜ ਚੈਲੰਜ ਕਰਦਾ ਤੁਹਾਡੇ ਕੋਲੇ ਯਾਰ ਅਸੀਂ ਰੱਖਾਂ ਇਕੱਠ ਆਉਣ ਵਾਲੇ ਦਿਨਾਂ 'ਚ ਪੰਜਾਬ ਦਾ ਖੁੱਲਾ ਮੰਚ ਰੱਖਾਂ ਸਾਰੇ ਪੰਜਾਬੀਆਂ ਨੂੰ ਸੱਦਾ ਦੇਵਾਂਗੇ ਬੱਚੇ ਬਾਦਲਾਂ ਨੂੰ ਬੱਚੇ ਕਾਂਗਰਸੀਆਂ ਨੂੰ ਬੱਚੇ ਭਾਜਪੀ ਨੂੰ ਬੱਚੇ ਕਾਮਨਿਸਟਾਂ ਨੂੰ ਬੱਚੇ ਆਮ ਆਦਮੀ ਪਾਰਟੀ ਇਹ ਬੈਠਣਗੇ ਸਟੇਜ ਤੇ ਅਸੀਂ ਕੋਈ ਸਵਾਲ ਨਹੀਂ ਪੁੱਛਣਾ ਕੁਝ ਬੋਲਣਾ ਨਹੀਂ ਲੋਕਾਂ ਨੂੰ ਕਹਾਂਗੇ ਵੀ ਆਹ ਲੋਕ ਐ ਤੁਸੀਂ ਇਨ੍ਹਾਂ ਤੋਂ ਵੋਟਾਂ ਲੈ ਕੇ ਰਾਜੇ ਬਣੇ ਉਹ ਇਨ੍ਹਾਂ ਨੇ ਸਿਰ ਤੇ ਬਿਠਾਇਆ ਇਨ੍ਹਾਂ ਦੇ ਸਵਾਲਾਂ ਜਵਾਬ ਦਿਓ ਹੇ ਅਮਨਦੁੱਤ ਉੱਥੇ ਆ ਕੇ ਦੇ ਦਿਓ ਜਵਾਬ ਤਾਨੂੰ ਇੱਕ ਰਤੀ ਪਰ ਵੀ ਮੈਨੂੰ ਇਹ ਸੀ ਨਹੀਂ ਹੈ ਨਹੀਂ ਸੀ ਵੀਰੇ ਐ ਰੋਕ ਲੈਣਗੇ ਮੈਂ ਆਹ ਫਰਾਨਾ ਕਿ ਤੁਸੀਂ ਕਿਸ ਤਰੀਕੇ ਨਾਲ ਵਾਅਦਾ ਪੁਰਿਆ ਹੋ ਯਾਰ ਕੈਪਟਨ ਨੂੰ ਵੀ ਮੈਂ ਬਹੁਤ ਪੁੱਠਾ ਅਦਾ ਬੋਲਦਾ ਰਿਹਾ ਵੀ ਇਹ ਰੂਸ ਸਾਲਮ ਦਾ ਜਾੜ ਹੈ ਇਹ ਆਸ਼ਕਾ ਹੈ ਇਹ ਜਾਸ਼ ਹੈ ਇਹਨੇ ਪੰਜਾਬ ਬਰਬਾਦ ਕਰਤਾ ਇਹਨੇ ਐ ਕਰਤਾ ਐ ਕਰਤਾ ਮਾਲਾ ਕਰੇ ਦੇਖ ਕਰਨੀ ਮੇਰੇ ਘਰੇ ਪੁਲਿਸ ਆ ਗਈ ਜੇ ਮੈਨੂੰ ਕੇਰਾ ਪਾ ਲਿਆ ਜਾਂ ਮੇਰੇ ਤੇ ਪਰਚਾ ਦੇਤਾ ਉਹੀ ਲੋਕਾਂ ਨੂੰ ਜਵਾਬ ਦੇਣਾ ਸੀ ਨਾ ਫਿਰ ਅੱਜ ਦੰਦਾ ਖੁੱਲਾ ਸਦਾ ਤੂੰ ਖੁਦ ਰੱਖਿਆ ਕੱਲ ਨੂੰ ਵੋਟਾਂ ਮੰਗਣ ਵੀ ਤਾਂ ਲੋਕਾਂ ਦੀ ਲੋਕਾਂ ਜੀ ਆਉਣਗੇ ਨਾ ਕਿ ਐਂ ਯੂਨੀਵਰਸਿਟੀਆਂ ਜਿਹਾ ਕਿ ਹੈ ਕੁ ਮਾ ਸਟੇਡੀਅਮ ਚ ਬੈਠ ਕੇ ਕਿਸੇ ਅੰਦਰ ਬੈਠ ਕੇ ਕਿਸੇ ਕਮਰੇ ਚ ਲੋਕਾਂ ਨੂੰ ਡਿਬੇਟ ਕਰਕੇ ਵੋਟਾਂ ਮੰਗ ਲਵੋਗੇ ਆਪਣੀ ਗੱਲ ਚਲਾ ਕੇ ਸੁਖਵੀਰ ਨੂੰ ਕਿਹਨੇ ਪੁੱਛਣਾ ਹੈ ਬੀਠੀਏ ਨੂੰ ਕਿਹਨੇ ਪੁੱਛਣਾ ਹੈ ਬੜਿੰਗ ਨੂੰ ਕਿਹਨੇ ਪੁੱਛਣਾ ਹੈ ਬਾਜਵੇ ਜਾਖੜ ਨੂੰ ਕਿਹਨੇ ਪੁੱਛਣਾ ਉਹ ਹਾਰੇ ਹੋਏ ਨਕਾਰੇ ਹੋਏ ਬੰਦਿਆਂ ਨੂੰ ਲਲਕਰੇ ਮਰੀ ਜਾਂਦਾ ਯਾਰ ਉਹ ਦਸਤੰਤ ਇਹਨਾਂ ਗੱਲਾਂ ਦਾ ਉਹ ਤਾਂ ਫਿਰ ਮੈਂ ਫੇਰ ਕਹਿੰਦਾ ਜੋ ਇੰਨੇ ਜੋਗਰੇ ਹੁੰਦੇ ਤੇ ਤੈਨੂੰ ਲੋਕ ਕਿਉਂ ਬਹਾਉਂਦੇ ਉਸ ਕੁਰਸੀ ਤੇ ਅਸੀਂ ਹੋਟਲ ਬੁੱਕ ਕੀਤਾ ਜੱਸ ਉਹ ਹੋਟਲ ਵਾਲੇ ਨੂੰ ਚੱਕ ਲਿਆ ਕੇ ਜਿਹਦੇ ਨਾਂ ਤੇ ਅਸੀਂ ਬੁੱਕ ਕਰਾਇਆ ਸਾਡਾ ਮਿੱਤਰ ਸੀ ਮੁੰਡਾ ਸੁਚੈਨ ਚੈਨ ਐਲੀਕਲਾਂ ਦਾ ਉਹਨੂੰ ਆ ਕੇ ਰੱਪਾ ਲਿਆ ਇਹ ਇੱਕ ਪੁਲਸ ਰਾਜ ਬਣਦਾ ਜਾ ਰਿਹਾ ਪੰਜਾਬ ਕੀ ਭਵੰਤ ਪੁਲਸ ਦੇ ਜ਼ੋਰ ਦੇ ਉੱਤੇ ਡੰਡੇ ਦੇ ਜ਼ੋਰ ਦੇ ਉੱਤੇ ਲੋਕਾਂ ਦੇ ਰਾਜ ਕਰੂਗਾ ਡੰਡਾ ਰਾਜ ਹੀ ਆ ਫਿਰ ਕਿਸੇ ਕਿਸੇ ਨਾਂ ਹੋਣੀ ਨਿਕਲ ਨਹੀਂ ਦਿੰਦਾ ਕੇਰਲਾ ਕੱਟੜ ਇਮਾਨਦਾਰ ਅਸੀਂ ਕੱਟੜ ਇਮਾਨਦਾਰ ਅੱਜ ਵੀ ਬੋਲਿਆ ਵੀ ਮੈਂ 1 ਰੁਪਿਆ ਇੱਧਰ ਨਹੀਂ ਜਾਣ ਦਿੰਦਾ ਉੱਧਰ ਨਹੀਂ ਜਾਣ ਦਿੰਦਾ ਮੈਂ ਬੂੰਦ ਬੂੰਦ ਨਾਲ ਭਈ ਦਰਿਆ ਪਰ ਹੁੰਦਾ ਇੱਕ ਇੱਕ ਪੈਸਾ ਬਚਾਉਂਦਾ ਤੂੰ ਅੱਜ ਵਾਲੇ ਪ੍ਰੋਗਰਾਮ ਦੀ 5 ਕਰੋੜ ਖਰਚ ਸਾਤਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ 1 ਨਵੰਬਰ ਦੀ ਅੱਜ ਦੀ ਮਹਾ ਡਿਬੇਟ ਚਰਚਾ ਦਾ ਵਿਸ਼ਾ ਰਹੀ ਜਿੱਥੇ ਭਗਵੰਤ ਸਿੰਘ ਮਾਨ ਆਏ ਉਥੇ ਵਿਰੋਧੀ ਜਿਹੜੇ ਨੇ ਸਾਰੇ ਵਿਰੋਧੀਆਂ ਦੀਆਂ ਕੁਰਸੀਆਂ ਖਾਲੀ ਰਹੀਆਂ ਪਰ ਇੱਕ ਨਾਮ ਜਿਹੜਾ ਵਿਸ਼ੇਸ਼ ਚਰਚਾ ਦੇ ਵਿੱਚ ਰਿਹਾ ਕਿ ਇਸ ਨੂੰ ਆਉਣ ਕਿਉਂ ਨਹੀਂ ਦਿੱਤਾ ਗਿਆ ਜਾਂ ਇਹ ਆਇਆ ਕਿਉਂ ਨਹੀਂ ਉਹ ਨਾਮ ਸੀ ਲਖਾ ਸਿੰਘ ਸਦਾਨਾ ਹੁਣ ਲੱਖਾ ਸਿੰਘ ਸਿਧਾਣਾ ਭੱਜ ਗਿਆ ਜਾਂ ਲੱਖਾ ਸਿੰਘ ਸਿਧਾਣੇ ਨੂੰ ਭਜਾਇਆ ਗਿਆ ਗੱਲ ਕੀ ਸੀ ਇਸ ਤੇ ਬਾਰੇ ਜਾਣਾਂਗੇ ਕਿ ਮੇਰੇ ਨਾਲ ਲੱਖਾ ਸਿੰਘ ਸਿਧਾਣਾ ਹੋਣਗੇ ਸਭ ਤੋਂ ਪਹਿਲਾ ਸਵਾਲ ਲੱਖੇ ਬਾਈ ਮੈਂ ਇਹੀ ਕਰਨਾ ਚਾਹੂੰਗਾ ਕਿ ਲੱਖੇ ਨੇ ਵੀ ਥਾਪੀਆਂ ਮਾਰੀਆਂ ਸੀ ਕਿ ਆਜੋ ਜੀ ਆਜੋ ਫਿਰ ਹੁਣ ਲੱਖੇ ਨੂੰ ਭਜਾਤਾ ਕਿ ਲੱਖਾ ਭੱਜ ਗਿਆ ਬਣੇ ਕੀ ਕਾਰਨ ਕੀ ਬਣਿਆ ਪੰਜਾਬ ਛੱਡ ਕੇ ਭੱਜ ਜੂ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਭੱਜ ਜੂ ਇਹ ਦਿਨ ਨਹੀਂ ਆਉਣਾ ਕਦੇ ਇਹ ਗੱਲ ਮੈਂ ਦਿੱਲੀ ਅੰਦੋਲਨ ਦੀ ਵੀ ਕਹਿੰਦਾ ਰਿਹਾ ਮੈਂ ਫੇਰ ਵੀ ਕਹਿੰਦਾ ਰਿਹਾ ਮੈਂ ਅੱਜ ਵੀ ਲਲਕਰਦਾ ਭਜਾਇਆ ਤਾਂ ਮਾਂ ਨਾ ਇਹਦਾ ਲਲਕਰੇ ਮਾਰਦਾ ਥਾਪੀਆਂ ਮਾਰਦਾ ਮੈਂ ਬਾਜਵਾ ਭਜਾ ਲਿਆ ਮੈਂ ਬੜਿੰਗ ਭਜਾ ਲਿਆ ਮੈਂ ਸੁਖਵੀਰ ਭਜਾ ਲਿਆ ਮੈਂ ਜਾਖੜ ਭਜਾ ਲਿਆ ਤੂੰ ਭਜਿਆ ਐਡਾ ਡਰ ਸਾਡਾ ਤੈਨੂੰ ਕਿ ਸਾਨੂੰ ਘਰੇ ਨਜ਼ਰਬੰਦ ਕਰ ਲੈ ਕੱਲੇ ਮੈਨੂੰ ਨਹੀਂ ਸਿੱਪੀ ਸ਼ਰਮਾ ਕੁੜੀ ਮੂੰਹ ਬੋਲੀ ਪਹਿਣ ਉਹ ਵੀ ਘਰੇ ਨਜ਼ਰਬੰਦ ਜਿੰਨੇ ਹੋਰ ਫਰੰਟਾਂ ਦੇ ਲੜ ਰਹੇ ਬੇਰਜਗਾਰ ਨੇ ਟੀਚਰ ਨੇ ਪ੍ਰੋਫੈਸਰ ਜਿਹੜੇ 1158 ਬੈਠੇ ਆ ਉਹ ਵੀ ਨਿਰਬੰਧ ਮੂਸੇ ਵਾਲੇ ਦੀ ਮਾਤਾ ਬਿਮਾਰ ਆ ਬਠੰਡੇ ਦਾਖਲ ਆ ਉਹ ਸਾਰਾ ਪਰਿਵਾਰ ਉੱਥੇ ਨਿਰਬੰਧ ਕਰ ਲਿਆ ਆਲੇ-ਦਾਲੇ ਪੁਲਿਸ ਦਾ ਘੇਰਾ ਪਾ ਲਿਆ ਤੂੰ ਇੱਥੋਂ ਤੱਕ ਗਿਆ ਯਾਰ ਸਾਨੂੰ ਘਰੇ ਨਿਰਬੰਧ ਵੀ ਕਰ ਲਿਆ ਜਿੱਥੇ ਅਸੀਂ ਹੋਟਲ ਬੁੱਕ ਕੀਤਾ ਜੱਸ ਉਹ ਹੋਟਲ ਵਾਲੇ ਨੂੰ ਚੱਕ ਲਿਆ ਆ ਕੇ ਜਿਹਦੇ ਨਾਮ ਤੇ ਅਸੀਂ ਬੁੱਕ ਕਰਾਇਆ ਸਾਡਾ ਮਿੱਤਰ ਸੀ ਮੁੰਡਾ ਸਤੈਨ ਚੈਨਾ ਐਲੀਕਲਾਂ ਦਾ ਉਹਨੂੰ ਆ ਕੇ ਰੱਪਾ ਲਿਆ 8000 ਰੁਪਏ ਅਸੀਂ ਹੋਟਲ ਦਾ ਜਿਹੜਾ ਹਾਲ ਬੁੱਕ ਕਰਾਇਆ ਸੀਗਾ ਨਾ ਇੱਥੋਂ ਤੱਕ ਸਾਡੀਆਂ ਕੁਰਸੀਆਂ ਵੀ ਉੱਥੋਂ ਲੈ ਕੇ ਚੱਕ ਕੇ ਸਾਡੇ ਉੱਥੇ ਜੋ ਦਰੀਆਂ ਦੱਪੇ ਜੋ ਸਾਡਾ ਮਾੜਾ ਮੋੜਾ ਪਾਣੀ ਦੇ ਕੈਂਪਰ ਕੁੰਪਰ ਮਗਾਇਏ ਸੀ ਵੀ ਕੱਲ ਨੂੰ ਲੋਕਾਂ ਦਾ ਇਕੱਠ ਹੋਣਾ ਹੈ মিডিਆ ਵੀ ਆਊਗਾ ਅਜਿਹਾ ਗੱਲਬਾਤ ਰੱਖਣ ਜਾ ਰਹੇ ਸੀ ਨਾ ਅਸੀਂ ਕੀ ਰੱਖਣ ਜਾ ਰਹੇ ਸੀ ਅਸੀਂ ਨਾ ਤਾਂ ਧਰਨਾ ਲਾਉਣਾ ਸੀ ਨਾ ਛਲਕ ਰੋਕਣੀ ਸੀ ਨਾ ਕੋ ਜੰਦਾਬਾਦ ਮੁਰਦਾਬਾਦ ਕਰਨਾ ਸੀ ਅਜਿਹਾ ਸਿਰਫ ਬਰਾਬਰ ਇੱਕ ਇਹਦੇ ਸੰਵਾਦ ਰਚਾਉਣਾ ਸੀ ਵੀ ਮਾਨ ਸਾਹਿਬ ਠੀਕ ਹੈ ਜਿਨ੍ਹਾਂ ਨੇ ਪੰਜਾਬ ਲੁੱਟਿਆ ਤੂੰ ਬਿਲਕੁਲ ਸੱਚ ਬੋਲਦਾ ਤਾਂ ਮੈਂ ਨਾ 100% ਦੀ ਸਹਿਮਤ ਆ ਬਾਦਲਾ ਨੇ ਲੁੱਟਿਆ ਕਾਂਗਰਸੀਆਂ ਨੇ ਲੁੱਟਿਆ ਉਹਨਾਂ ਕੋਲ ਕੋਈ ਜਵਾਬ ਨਹੀਂ ਉਹ ਨਾ ਆਉਣਗੇ ਤਾਂ ਮੈਂ ਪਹਿਲੇ ਕਦੇ ਮਾ ਆਉਣਾ ਇਹਨਾਂ ਨੇ ਭੱਜ ਜਾਣਾ ਨਾ ਹੋ ਆਉਣ ਜੋਗਰੇ ਹੈਗੇ ਤੇਰੇ ਸਾਹਮਣੇ ਬੈਠੇ ਉਹ ਕਿਸੇ ਵੀ ਸਾਹਮਣੇ ਬੈਠਣ ਜੋਗਰੇ ਨਹੀਂ ਜਿਹੜਾ ਬੰਦਾ ਕਾਨਾ ਜਿਨੇ ਰਾਜ ਕੇ ਪੰਜਾਬ ਨਾਲ ਧਰੋਹ ਕਮਾਇਆ ਗਦਾਰੀਆਂ ਕੀਤੀਆਂ ਪੰਜਾਬ ਨਾਲ ਹਰ ਮੁੱਦੇ ਤੇ ਪਾਣੀਆਂ ਤੇ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਕੁੱਲ ਮੁੱਦਾ ਨਸ਼ਾ ਕੋਈ ਮੁੱਦਾ ਪੰਜਾਬ ਦਾ ਰੱਖ ਲੋ ਬੰਦੇ ਹਰ ਕਿਤੇ ਨਹੀਂ ਖੜੇ ਉਹਨਾਂ ਨੇ ਨਹੀਂ ਹਉਣਾ ਸੀ ਪਰ ਮੇਰਾ ਇੱਕ ਸਵਾਲ ਸੀ ਸਵਾਲ ਰੱਖਿਆ ਸੀ ਕਿ ਪੰਜਾਬ ਜਵਾਬ ਮੰਗਦਾ ਹੈ ਪੰਜਾਬ ਜਿਨ੍ਹਾਂ ਨੇ ਪਹਿਲਾਂ ਲੁੱਟਿਆ ਉਹਨਾਂ ਤੋਂ ਜਿਹੜੇ ਹੁਣ ਲੁੱਟ ਰਹੇ ਆ ਉਹਨਾਂ ਤੋਂ ਵੀ ਸਾਡਾ ਇਹ ਉਥੇ ਸੰਵਾਦ ਦਾ ਵਿਸ਼ਾਸੀ ਜਿਹਦੇ ਵਿੱਚ ਅਜੇ ਪਾਲ ਸਿੰਘ ਬਰਾੜ ਕਬੂਦੀ ਜੀ ਵੀ ਨੇ ਅਮਤੋਤ ਸਿੰਘ ਮਾਨ ਨੇ ਬਾਉ ਸਿੰਘ ਮਾਨ ਮਰਾਲਾ ਦੇ ਮੁੰਡੇ ਨੇ ਇੱਕ ਕਲਾਕਾਰ ਵੀ ਨੇ ਔਰ ਬੜੀ ਬੇਬਾਕੀ ਨਾਲ ਸੱਚ ਬਿਆਨ ਕਰਦੇ ਨੇ ਦੀਪਕ ਸ਼ਰਮਾ ਚਨਾਰਤਲ ਪੱਤਰਕਾਰ ਨੇ ਸਮਝਦਾਰ ਨੇ ਗਿਆਨ ਵੀ ਰੱਖਦਾ ਔਰ ਬੇਬਾਕੀ ਤੇ ਸਚਾਈ ਨਾਲ ਬਿਆਨ ਕਰਦੇ ਆ ਪੰਜਾਬ ਦੀ ਤਸਵੀਰ ਨੂੰ ਮਨਦੀਪ ਪੁਨੀਆ ਨੇ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੇ ਹਰਿਆਣੇ ਦੇ ਵੱਲੋਂ ਆਪਣਾ ਐਸਵਾਈਲ ਤੇ ਪੱਖ ਰੱਖਣਾ ਸੀ ਉਹਨਾਂ ਨੇ ਮੰਨ ਲਓ ਕਿ ਚਲੋ ਕਿਸਾਨੀ ਮੋਰਚੇ 'ਚ ਉਹਨੇ ਬੜਾ ਤਛਾਦਰ ਚੱਲਿਆ ਤੇ ਜੇਲ੍ਹ ਵੀ ਕੱਟੀ ਐ ਅਸੀਂ ਉਹ ਸਾਰੇ ਉਸ ਤਰ੍ਹਾਂ ਦੇ ਬੰਦੇ ਰੱਖੇ ਸੀ ਵੀ ਲੋਕਾਂ ਨੂੰ ਅਸਲ ਕਹਾਣੀ ਤਸਵੀਰ ਸਮਝ ਆਵੇ ਵੀ ਅਸਲ ਦੇ ਵਿੱਚ ਇਹ ਚ ਕੌਣ-ਕੌਣ ਦੋਸ਼ੀ ਨੇ ਬਾਦਲ ਦੋਸ਼ੀ ਨੇ ਕਾਂਗਰਸੀ ਦੋਸ਼ੀ ਨੇ ਪੰਜਾਬ ਦੇ ਇਹ ਤਾਂ ਦੋ ਰਾਮਾ ਨਹੀਂ ਹੈਗੇ ਨੇ ਪਰ ਹੋਣ ਵਾਲੀ ਤਰ 19 ਮਹੀਨਿਆਂ ਚ ਕੀ ਕੀਤਾ ਅਸੀਂ ਇਹ ਲੋਕਾਂ ਅੱਗੇ ਰੱਖਣ ਗਏ ਸੀ ਸੋ ਪਰਮਾਨੰ ਇਹ ਚੰਗੀਆਂ ਨਹੀਂ ਗੱਲਾਂ ਤੇਰੇ ਦਾ ਭਰਾਵਾ ਇੱਥੇ ਜਿਹੜੇ ਤੇਰੇ ਨਾਲ ਮੈਂ ਭਗਤ ਵੀ ਕਹਿਣੋਂ ਹਟ ਗਿਆ ਚਲੋ ਭਗਤ ਵੀ ਬੜਾ ਪਵਿੱਤਰ ਸ਼ਬਦ ਨਹੀਂ ਕਹਿਣਾ ਚਾਹੀਦਾ ਭਗਤ ਹੋਣਾ ਭਗਤ ਦਰਲੇ ਲੋਕ ਹੋਏ ਇੱਥੇ ਵੀ ਜਿਹੜੇ ਤੇਰੇ ਚਾਉਣ ਵਾਲੇ ਨੇ ਤੇਰੇ ਚਾਉਣ ਵਾਲੇ ਮੈਨੂੰ ਕਹਿੰਦੇ ਆ ਵੀ ਸ਼ੁਰੂ ਤੋਂ ਜਦੋਂ ਮੈਂ ਉਦੋਂ ਦੇ ਕਿਹਾ ਸੀ ਵੀ ਅਸੀਂ ਆਵਾਂਗੇ ਮਾਨਾ ਜਿੱਦ ਤੇ ਤੂੰ ਐਲਾਨ ਕੀਤਾ ਸੀ ਵੀ ਆਜੋ ਤੇਰੇ ਭਗ ਤੇਰੇ ਚਾਹਣ ਵਾਲਿਆਂ ਨੇ ਹਮੇਸ਼ਾ ਮੈਨੂੰ ਇਹ ਕਹਿਣਾ ਕੋਸ਼ਿਸ਼ ਕੀਤੀ ਵੀ ਇਹ ਕੌਣ ਹੈ ਇਹ ਖੰਮ ਖਾਰ ਟੰਗ ਡਾਉਂਦਾ ਹੈ ਇਹ ਤਿੰਨਾ ਚ 13 ਚ ਨਹੀਂ ਇਹ ਕੋਈ ਐਮਐਲਏ ਨਹੀਂ ਇਹ ਕੋਈ ਸਰਪੰਚ ਨਹੀਂ ਇਹ ਬਹੁਤ ਕੁਝ ਕੀਤਾ ਵੀ ਜੇ ਅਸੀਂ ਤਿੰਨਾ ਤੇਰਾਂ ਵਾਲੇ ਨਹੀਂ ਫਿਰ ਇੰਨਾ ਖੌਫ ਕਾਦਾ ਘਰ ਘੇਰ ਲਿਆ ਘਰ ਚੰਦਰ ਤਾੜ ਲਿਆ ਕਿ ਉਹ ਖੌਫ ਕਾਦਾ ਫਿਰ ਇੰਨਾ ਖੌਫ ਮੰਨ ਗਏ ਤੁਸੀਂ ਕਿ ਮੇਰੇ ਵਰਗੇ ਬੰਦੇ ਨੂੰ ਤੁਸੀਂ ਬੋਲਣ ਤੋਂ ਵੀ ਡਰਦੇ ਹੋ ਇਹਦਾ ਮਤਲਬ ਬੋਲਣ ਤੋਂ ਬੰਦਾ ਕੌਣ ਡਰਦਾ ਹੁੰਦਾ ਜਿਹੜੇ ਬੰਦੇ ਦੇ ਪੱਲੇ ਸੱਚ ਨਹੀਂ ਹੈਗਾ ਇਹਦਾ ਮਤਲਬ ਇਹ ਚੋਰ ਨੇ ਇਹ ਬੇਈਮਾਨ ਨੇ ਮੈਂ ਸਾਰੀਆਂ ਗੱਲਾਂ ਪੁਆਇੰਟ ਮੈਂ ਬਣਾ ਕੇ ਲਗਾਇਆ ਸੀ 21 ਪੁਆਇੰਟ ਮੈਂ ਬਣਾਏ ਸੀ ਅੱਜ ਮੈਂ ਉਹ ਸੋਸ਼ਲ ਮੀਡੀਆ ਤੇ ਵੀ ਰੱਖਿਆ ਵੀ ਆਹ ਮੇਰੇ 21 ਪੁਆਇੰਟ ਸੀ ਮੇਰੇ ਇੱਕ ਵੀ ਕਿਸੇ ਪੁਆਇੰਟ ਦੇ ਉੱਤੇ ਇੱਕ ਵੀ ਜਵਾਬ ਸਹੀ ਤਰੀਕੇ ਨਾਲ ਪੰਜਾਬ ਦਾ ਮੁੱਖ ਮੰਤਰੀ ਦੇਦੇ ਮੈਂ ਦੇਣ ਦਾ ਰਹੂੰਗਾ ਤੱਥਾਂ ਨਾਲ ਮੈਂ ਆਪਣੀ ਗੱਲ ਰੱਖਣੀ ਸੀ ਪਰ ਉੱਥੋਂ ਵੀ ਇਹ ਜਸ ਇਹਨਾਂ ਨੇ ਆਹ ਕਰਤੂਤ ਕੀਤੀ ਕਿ ਇੱਥੇ ਮੈਨੂੰ ਕੱਲ ਦਾ 1:30 ਵਜੇ ਦਾ ਇੱਥੇ ਤਾੜਿਆ ਬਾ 32 34 ਘੰਟੇ ਇਹਨਾਂ ਨੇ ਆਸ ਤਰੀਕੇ ਨਾਲ ਉਹਨੂੰ ਰੱਖਿਆ ਕਿਰ ਕੇ ਪੁਲਿਸ ਦੇ ਨਾਲ ਬੰਦ ਕਰਕੇ ਰੱਖਿਆ ਕਿ ਲੁਧਿਆਣੀ ਨਹੀਂ ਜਾਣ ਦੇਣਾ ਪਰ ਇੱਕ ਚੀਜ਼ ਹੈ ਜਿਵੇਂ ਤੁਸੀਂ ਗੱਲ ਕਰੀਆ ਫਿਰ ਮੇਰੇ ਮਨ ਦੇ ਵਿੱਚ ਵੀ ਇਹੀ ਸਵਾਲ ਆਉਂਦਾ ਖਾਸ ਕਰ ਸਰੋਤਿਆਂ ਦੇ ਮਨ ਦੇ ਵਿੱਚ ਵੀ ਇਹੀ ਸਵਾਲ ਆਉਂਦਾ ਹੋਊਗਾ ਕਿ ਵਿਰੋਧੀਆਂ ਨੂੰ ਥਾਪੀਆਂ ਮਾਰੀਆਂ ਗਈਆਂ ਜਿਹੜੇ ਸੱਤਾ ਦੇ ਵਿੱਚ ਰਹੇ ਲਖੇਬਾਈ ਉਹਨਾਂ ਨੂੰ ਥਾਪੀਆਂ ਮਾਰੀਆਂ ਗਈਆਂ ਕਿ ਆਜੋ ਉਹਨਾਂ ਤੋਂ ਕੋਈ ਹੋ ਸਕਦਾ ਡਰ ਵੀ ਹੋਵੇ ਉਹਨਾਂ ਨੂੰ ਕਹਿੰਦੇ ਮੈਂ ਹਰ ਸਵਾਲ ਦਾ ਜਵਾਬ ਦਿਆਂ ਇਕੋ ਹੋ ਮੁੰਡਾ ਜਿਹੜਾ ਹਲ ਤੱਕ ਇਥੇ ਸੱਤਾ ਦੇ ਵਿੱਚ ਵੀ ਨਹੀਂ ਆ ਠੀਕ ਆ ਸਮਾਜ ਸੇਵਾ ਦੇ ਵਿੱਚ ਆ ਜਾਂ ਲੋਕਾਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਫਿਰ ਉਹਦੇ ਤੋਂ ਐਡਾ ਡਰ ਕੀ ਪੈਦਾ ਹੋ ਗਿਆ ਕਿ ਜਿਹੜਾ ਵਿਰੋਧੀਆਂ ਤੋਂ ਨਹੀਂ ਸੀ ਲੱਖੇ ਤੋਂ ਡਰ ਕੇ ਐਡਾ ਪੈਦਾ ਹੋਇਆ ਕਿ ਲੱਖੇ ਨੂੰ ਜਿਹੜਾ ਨਜ਼ਰ ਬੰਦ ਕਰਨਾ ਪੈ ਗਿਆ ਇਹੀ ਤਾਂ ਸਵਾਲ ਜਸ ਇਹਨਾਂ ਤੋਂ ਪੁੱਛਣਾ ਚਾਹੀਦਾ ਹੂੰ ਕਿ ਯਾਰ ਮੈਂ ਵਾ ਫੇਰ ਕੇ ਨਾ ਵੀ ਮੈਂ ਮੈਂ ਐਸਾ ਵੱਖਰਾ ਕੀ ਕਰ ਰਿਹਾ ਕੋਈ ਮੇਰੇ ਕੋਲ ਤੋਬੀੜੀ ਹੋਈ ਸੀ ਕੀ ਕਰ ਰਿਹਾ ਸੀ ਜਾਂ ਮੈਂ ਹਜੂਮ ਇਕੱਠਾ ਕਰਕੇ ਲਿਆ ਰਿਹਾ ਵੀ ਆ ਪੰਜਾਬ ਨੂੰ ਸਦਰ ਦਿੱਤਾ ਇਹ ਭਾਈ ਆ ਜਾਓ ਤੁਸੀਂ ਇੱਥੋਂ ਤੱਕ ਗਏ ਸਾਰੇ ਪਹਿਲੀ ਗੱਲ ਤਾਂ ਉੱਥੇ ਮੇਰੇ ਮਨ 'ਚ ਖਦਸ਼ਾ ਹੈ ਜੱਸ ਪਹਿਲੇ ਸੀ ਕਿਉਂਕਿ ਮੈਂ ਨਾ ਅਸੀਂ ਪਰਸੋਂ ਜਿੱਦਾਂ ਚੌਥੇ ਹੋਟਲ ਉੱਥੇ ਜਗ੍ਹਾ ਦੇਖਣ ਗਏ ਵੀ ਯਾਰ ਕਿਤੇ ਆਪਾਂ ਰੱਖੀਏ ਅਸੀਂ ਤਿੰਨ ਚਾਰ ਹੋਟਲਾਂ 'ਚ ਗਏ ਜਦੋਂ ਅਸੀਂ ਗੱਲ ਕੀਤੀ ਸਾਰੇ ਜਵਾਬ ਦਿੱਤਾ ਵੀ ਨਹੀਂ ਯਾਰ ਸਰਕਾਰ ਦਾ ਦਬਾਅ ਐ ਨਾ ਹੋ ਜੇ ਐ ਨਾ ਹੋ ਜੇ ਕੱਲ ਨੂੰ ਸਾਨੂੰ ਸਰਕਾਰ ਘੇਰੀ ਫਿਰੂਗੀ ਅਖੀਰ ਇੱਕ ਬਸੰਤ ਹੋਟਲ ਵਾਲਾ ਸਾਡੇ ਵਿਚਾਰਾ ਉਹਨੂੰ ਕਿਹਾ ਉਹ ਕਹਿੰਦਾ ਭਾਈ 2 ਘੰਟੇ ਦਾ 8000 ਰੁਪਏ ਲਵਾਂਗਾ ਕੋਈ ਗੱਲ ਨਹੀਂ ਕਰ ਉਹਨੂੰ ਵੀ ਹਲੇ ਮੈਂ ਮੈਂ ਉਹਨੂੰ ਆਖਿਆ ਮੇਰੇ ਨਾਲ ਸੀ ਮੁੰਡਾ ਸਾਡਾ ਮਿੱਤਰ ਚੈਨਾ ਇਹ ਅਲੀਕਲਾਂ ਵਾਲਾ ਮੈਂ ਕਿਹਾ ਚੈਨੇ ਜੇ ਮੈਂ ਅੱਗੇ ਹੋ ਗਿਆ ਇਹਨੇ ਵੀ ਨਹੀਂ ਆਪਾਂ ਨੂੰ ਹਾਲ ਦੇਣਾ ਇਹ ਵੀ ਡਰੂਗਾ ਅਸੀਂ ਉਹਨੂੰ ਅੱਗੇ ਕਰਕੇ ਉਹਨੇ ਨਾਂ ਤੇ ਬੁੱਕ ਕਰ ਲਿਆ ਪਰ ਜਿਵੇਂ ਅਸੀਂ ਕੱਲ ਮੈਂ 11 12 ਵਜੇ ਪੋਸਟ ਛੱਡਿਆ ਆਪਣਾ ਵੀ ਅਸੀਂ ਕੱਲ ਨੂੰ ਭਾਈ ਉੱਥੇ ਆ ਰਹੇ ਹਾਂ ਨਾਲ ਹੀ ਨਾਲ ਇੱਧਰ ਮੈਨੂੰ ਘੇਰਾ ਪੈ ਗਿਆ ਉਧਰ ਹੋਟਲ ਦਾ ਚੱਕ ਰਿਹਾ ਉਧਰ ਗਾਹ ਚੈਨਾ ਘੇਰ ਲੈ ਜਾ ਕੇ ਉਧਰ ਮੇਰੇ ਮਿੱਤਰਾ ਮੁੰਡੇ ਪ੍ਰਿੰਸ ਸਰ ਦੇ ਲੁਧਿਆਣੇ ਵਾਲੇ ਉਹਨਾਂ ਨੂੰ ਪੁਲਿਸ ਘੇਰਾ ਪਾਈ ਫਿਰਦੀ ਰਹੀ ਜਿੰਨ ਨਾਲ ਸਾਰਾ ਸਰਕਲ ਵਿੱਚ ਇੱਥੇ ਕੌਣ ਕੌਣ ਦੇ ਮਿੱਤਰ ਆ ਸਾਰੇ ਟ੍ਰੈਸ ਕਰ ਲੈ ਬੰਦੇ ਐ ਇੰਨਾ ਤੁਸੀਂ ਯਾਰ ਖੌਮ ਮੰਨ ਰਹੇ ਹੋ ਡਰ ਮੰਨ ਰਹੇ ਹੋ ਇਹਦਾ ਮਤਲਬ ਤੁਸੀਂ ਚੋਰ ਹੋ ਯਾਰ ਮੈਂ ਤਾਂ ਕਹਿਣਾ ਤੁਸੀਂ ਅੱਜ ਵੀ ਦੇਖੋ ਨਾ 10000 ਬੰਦਾ ਤੁਸੀਂ ਪੁਲਿਸ ਦਾ ਲਾਇਆ ਬੈਰੀਕੇਡਿੰਗ ਕੀਤੀ ਹੋਈ ਆ ਤੁਹਾਡਾ ਸਾਰ ਸ ਮੇਲਾ ਚੱਲ ਰਿਹਾ ਜਿਉਂਵਰਸਿਟੀ ਦੇ ਵਿੱਚ ਉਹ ਬੰਦ ਕਰਾਤਾ ਵਿਦਿਆਰਥੀ ਜਿਉਂਵਰਸਿਟੀ ਦੇ ਸਾਰੇ ਹੋਸਟਲ ਬੰਦ ਕਰਾ ਕੇ ਬਾਹਰ ਕੱਢਤੇ ਜਿਹੜੇ ਵਿਚਾਰੇ ਅੰਦਰ ਸੰਘਰਸ਼ ਕਰ ਰਹੇ ਸੀ ਉਹ ਵੀ ਚੁੱਪ ਕਰਾ ਲੇ ਖੇਤਾਂ ਦੇ ਮਾਸਟਰ ਉਹ ਵੀ ਲੜ ਰਹੇ ਸੀ ਉਹਨਾਂ ਨਾਲ ਮੇਰੀ ਵੀ ਗੱਲ ਹੋਈ ਕੁਝ ਦਿਨ ਪਹਿਲਾਂ ਉਹ ਕਹਿੰਦੇ ਵੀ ਅਸੀਂ ਸਵਾਲ ਕਰਾਂਗੇ ਉਹ ਪਤਾ ਨਹੀਂ ਕਿਹੜਾ ਲੌਲੀਪੌਪ ਦੇ ਕੇ ਚੁੱਪ ਕਰਾ ਲੇ ਵਿਚਾਰੇ ਤੇ ਹੁਣ ਇਹੋ ਕੀ ਮਿੱਠੀ ਗੋਲੀ ਵੀ ਕੋਈ ਨਹੀਂ ਮੀਟਿੰਗ ਨੂੰ ਕਰਾ ਦਿੰਦੇ ਆ ਅੱਛਾ ਆਪਣੇ ਬੰਦੇ ਬਿਠਾ ਲੇ ਅੰਦਰ ਤਾਲੀਆਂ ਮਰਵਾਉਣ ਖਾਤਰ ਅੱਛਾ ਗਾਹਾਂ ਕੋਈ মিডিਆ ਨਹੀਂ ਜਾਣ ਦਿੱਤਾ ਅੰਦਰ ਕੋਈ মিডিਆ ਚਾਹੇ ਇਹਦਾ ਵਾਲਾ ਆਪਣੇ ਵਾਲਾ ਸੀਗਾ ਜਿਹੜਾ ਇਹਨੇ ਖਰੀਦਿਆ ਹੋਇਆ ਚਾਹੇ ਛੋਡੇ ਵਰਗੇ ਕੋਈ ਨਰਪੱਖ ਸੀ ਉਹ ਤਾਂ ਜਾਣੇ ਕੀ ਸੀ ਆਪਣੇ ਚੈਨਲ ਦੇ ਉੱਤੇ ਲਾਈਵ ਹੈਨਾ ਇਹ ਕਿੱਥੋਂ ਦੀ ਡਿਬੇਟ ਹੈ ਕਿੱਥੋਂ ਦੀ ਵਿਚਾਰ ਚਰਚਾ ਕਿੱਥੋਂ ਦਾ ਸੰਵਾਦ ਆ ਸੰਵਾਦ ਉਹ ਹੁੰਦਾ ਵਿਚਾਰ ਚਰਚਾ ਹੁੰਦੀ ਤੂੰ ਕਹਿੰਦਾ ਵੀ ਆਜੋ ਮੈਨੂੰ ਲੋਕਾਂ ਨੇ ਜਿਤਾਇਆ ਇਹਨਾਂ ਦਾ ਮੈਂ ਜਵਾਬ ਦੇ ਦੀ ਇਹ ਤਾਂ ਲੋਕਾਂ ਨੇ ਨਕਾਰ ਤੇ ਤੂੰ ਜਵਾਬ ਦੇ ਸੁਖਵੀਰ ਦਾ ਕਿਵੇਂ ਹੋ ਗਿਆ ਜਿਹਦੇ ਕੋਲ ਸ਼ੀਟਾਂ ਹੀ ਦੋ ਆ ਤੂੰ ਕਾਂਗਰਸ ਦਾ ਕਿਵੇਂ ਹੋ ਗਿਆ ਜੇ ਲੋਕਾਂ ਨੇ ਤਰਾਸ਼ਾਈ ਕਰ ਤੇ ਖਤਮ ਕਰ ਤੇ ਜਖੜ ਵਰਗਾ ਦਾ ਕਿਵੇਂ ਹੋ ਗਿਆ ਬੀਜੇਪੀ ਨੂੰ ਕਿੱਥੇ ਪੰਜਾਬ ਨੇ ਤਰਜੀਹ ਦਿੱਤੀ ਆ ਤੂੰ ਜਵਾਬ ਦੇ ਉਹਨਾਂ 3 ਕਰੋੜ ਲੋਕਾਂ ਦਾ ਜਿਹੜੇ ਤੂੰ ਆਪ ਖੁਦ ਕਹਿਣਾ ਕਿ ਮੈਂ ਲੋਕਾਂ ਦਾ ਜਿਨ੍ਹਾਂ ਨੇ ਤੈਨੂੰ ਮੁੱਖ ਮੰਤਰੀ ਬਣਾਇਆ ਤੇਰੀਆਂ ਗੱਲਾਂ ਕਰਕੇ ਬਣਾਇਆ ਉਹੀ ਲੋਕਾਂ ਨੂੰ ਜਵਾਬ ਦੇਣਾ ਸੀ ਨਾ ਫਿਰ ਅੱਜ ਜ਼ੰਦਾ ਖੁੱਲਾ ਸੱਦਾ ਤੂੰ ਖੁਦ ਰੱਖਿਆ ਇਹਨੇ ਮਾਨ ਸਾਹਿਬ ਨੇ ਕਿੰਨੀ ਤਰੀਕ ਨੂੰ ਸ਼ਾਇਦ ਇਹਨੇ 25 ਕਿ 26 ਤਰੀਕ ਨੂੰ ਲਿਖਿਆ ਸੀ ਵੀ ਖੁੱਲਾ ਸੱਦਾ ਹਾਂ ਲਿਖਿਆ ਪੰਜਾਬੀਆਂ ਨੂੰ ਖੁੱਲਾ ਸੱਦਾ ਖੁੱਲਾ ਸੱਦਾ ਹਨਾ ਤੇ ਫਿਰ ਖੁੱਲੇ ਸੱਦੇਲੇ ਕਿੱਥੇ ਸੀ ਅੱਜ ਉਥੇ ਕੰਨੇ ਚ ਪਾਸ ਨਾ ਐਂਟਰੀ ਥੋਨੂੰ ਮੈਂ ਗੱਲ ਦੱਸਦਾ ਮੈਨੂੰ ਆਇਆ ਸੀ ਮੈਂ ਕਿਹਾ ਚੱਲ ਵੀ ਖੁੱਲਾ ਸੱਦਾ ਇੱਕ ਵਾਰੀ ਆਪਾਂ ਨੂੰ ਪੁੱਛਣਾ ਚਾਹੀਦਾ ਕਿ ਖੁੱਲਾ ਹੱਦਾ ਸੀ ਭਾਈ ਪੁੱਛਿਆ ਨਹੀਂ ਮੈਂ ਕੱਲ ਡਿਪਟੀ ਕਮਿਸ਼ਨਰ ਲੁਧਿਆਣੇ ਨੂੰ ਫੋਨ ਕੀਤਾ ਮੇਰਾ ਮੈਡਮ ਆਇਆ ਕਰਕੇ ਮੈਂ ਲੱਖਾ ਸਿੰਘ ਸਿਧਾਣਾ ਬੋਲਦਾ ਤੇ ਅਸੀਂ ਆਉਣਾ ਚਾਹੁੰਦੇ ਆਂ ਵੀ ਸਾਨੂੰ ਕੋਈ ਅਸੀਂ 2-4 ਜਾਣੇ ਆ 5 ਕਿ ਜਾਣੇ ਆ ਵੀ ਸਾਨੂੰ ਪਾਸ ਦੀ ਕੋਈ ਹੈਗਾ ਸਿਸਟਮ ਕਿਵੇਂ ਅੰਦਰ ਜਾਣ ਦੇਵੋਗੇ ਉਹ ਕਹਿੰਦੇ ਵੀ ਸਾਡੇ ਕੋਲੇ ਕੋਈ ਹਦਾਇਤ ਨਹੀਂ ਤੁਸੀਂ ਸੀਪੀ ਸਾਹਿਬ ਨਾਲ ਗੱਲ ਕਰੋ ਚਲੋ ਤੁਸੀਂ ਹੋਰ ਦੇਖੋ ਕਮਾਲ ਦੀ ਗੱਲ ਮਨਦੀਪ ਸਿੱਧੂ ਸੀਪੀ ਹੈ ਉਹ ਨੂੰ ਦੋ ਦਿਨ ਛੁੱਟੀ ਦੇ ਭੇਜਤਾ ਲਾਤਾ ਕੌਣ ਗੁਰਪ੍ਰੀਤ ਸਿੰਘ ਭੁੱਲਰ ਚਲੋ ਮੈਂ ਭੁੱਲਰ ਸਾਹਿਬ ਨਾਲ ਗੱਲ ਕੀਤੀ ਮੈਂ ਭੁੱਲਰ ਸਾਹਿਬ ਵੀ ਅਸੀਂ ਆਉਣਾ ਚਾਹੁੰਦੇ ਆ ਉਹ ਕਹਿੰਦੇ ਵੀ ਸਾਨੂੰ ਸਮਾਂ ਦੇ 1 ਘੰਟੇ ਦਾ ਹੀ ਦਹਤਾ ਹੈ ਚਲ ਮੈਂ ਦੁਬਾਰੇ ਫੋਨ ਲਾ ਮਾਜੀ ਕੋਈ ਦੱਸੋਗੇ ਸਾਡਾ ਆਉਣ ਦਾ ਕੋਈ ਹੈ ਇੱਥੇ ਉਹ ਕਹਿੰਦੇ ਤੁਸੀਂ ਨਹੀਂ ਆ ਸਕਦੇ ਹੂੰ ਬੱਸ ਸਾਹ ਹਾਂ ਮੈਂ ਕਿਹਾ ਠੀਕ ਹੈ ਜੀ ਨਹੀਂ ਆ ਸਕਦੇ ਉਸ ਤੋਂ ਬਾਅਦ ਫਿਰ ਕੇ ਰਹੀ ਪੈ ਗਿਆ ਹਨਾ ਯਾਨੀ ਤੁਸੀਂ ਪਹਿਲਾਂ ਹੀ ਹੈ ਤਿਆਰੀਆਂ ਕੀਤੀਆਂ ਹੋਈਆਂ ਨੇ ਯਾਰ ਜੇ ਤੁਸੀਂ ਵਾਕਈ ਜਿਹਦੇ ਪੱਲੇ ਸੱਚ ਦੇ ਕੋਠੇ ਚੜ ਕੇ ਨੱਚ ਜੇ ਇੰਨੇ ਸੱਚ ਸੀਗਾ ਤਾਂ ਫਿਰ ਆਉਂਦੇ ਲੋਕਾਂ ਦੇ ਸਾਹਮਣੇ ਹਾਂ ਵੀ ਅਸੀਂ ਦਿੰਨੇ ਆ ਜਵਾਬ ਕੱਲ ਨੂੰ ਵੋਟਾਂ ਮੰਗਣ ਵੀ ਤਾਂ ਲੋਕਾਂ ਦੀ ਲੋਕਾਂ ਜੀ ਆਉਂਗੇ ਨਾ ਕਿ ਐਂ ਜੁਨੀਵਰਸਿਟੀਆਂ ਚ ਜਾਂ ਕਿ ਆਏ ਕੁਮ ਸਟੇਡੀਅਮ ਚ ਬੈਠ ਕੇ ਕਿਸੇ ਅੰਦਰ ਬੈਠ ਕੇ ਕਿਸੇ ਕਮਰੇ ਚ ਲੋਕਾਂ ਨੂੰ ਡਿਬੇਟ ਕਰਕੇ ਵੋਟਾਂ ਮੰਗ ਲਵਾਂਗੇ ਆਪਣੀ ਗੱਲ ਚਲਾ ਕੇ ਉਹ ਮੋਦੀ ਮਨ ਕੀ ਬਾਤ ਕਰਦਾ ਇਹ ਵੀ ਆਪਣੀਆਂ ਕਰਕੇ ਉੱਠ ਗਿਆ ਐਸਵਾਈਐਲ ਦੇ ਉੱਤੇ ਕੋਈ ਸ਼ੱਕ ਨਹੀਂ ਜੱਸ ਟੱਕ ਲਾਇਆ ਇੰਦਰਾ ਨੇ ਦੋਸ਼ੀਆ ਕਾਂਗਰਸ ਵੱਡੀ ਉਹ ਟੱਕ ਨੇ ਸਾਡੀ ਜਵਾਨੀ ਦਾ ਕਹਾਣ ਕੀਤਾ 50 ਹਜ਼ਾਰ ਮੁੰਡਾ ਸੀ ਮਰਵਾਇਆ ਗਲਾਂ ਟਾਇਰ ਸਾਡੇ ਪੈ ਗਈ ਗੁਰਦੁਆਰੇ ਸਾਡੇ ਢੱਠੇ ਕਾਲ ਤੱਕ ਸਾਡੇ ਢਾਏ ਗਏ ਜਵਾਗ ਸਾਡੇ ਮਾਰੇ ਗਏ ਕੁੜੀਆਂ ਦੇ ਸਾਡੇ ਬਲਾਤਕਾਰ ਹੋਏ ਟਾਇਰ ਸਾਡੇ ਗਲਾਂ 'ਚ ਪਏ ਉਹ ਉਹ ਉੱਥੋਂ ਸ਼ੁਰੂਆਤ ਆ ਨਾ ਬਿਲਕੁਲ ਜਿੱਥੋਂ ਟੱਕ ਲੱਗਦਾ ਹੈ ਬਿਲਕੁਲ ਉਹੀ ਅੰਦਰਾਂ ਸੀ ਨਾ ਕਾਂਗਰਸ ਦੀ ਜਿਹਨੂੰ ਇਹ ਮਾਮਾ ਬਣਾਈ ਬੈਠੇ ਜਿਹੜੀ ਨੇ ਦਲਵਾਰਾ ਸਿੰਘ ਦੀ ਧੌਣ ਤੇ ਗੋਡਾ ਰੱਖ ਕੇ ਸੁਪਰੀਮ ਕੋਰਟ ਚ ਕੇਸ ਵਾਪਸ ਕਰਾਇਆ ਸੀ ਬਿਲਕੁਲ ਇੱਥੇ ਕੋਈ ਦੋਰਾਮ ਨਹੀਂ ਉਹੀ ਬਾਦਲ ਨੇ ਜਿਹੜੇ ਕਹਿੰਦੇ ਅੱਜ ਕੁਰਬਾਨੀ ਕਰ ਦਿਆਂਗੇ ਹੂੰ ਕੁਰਬਾਨੀ ਦਾਲ ਬਣਿਆ ਹੋਇਆ ਅੱਜ ਕੱਲ ਉਹ ਬੜੀਆਂ ਵੱਡੀਆਂ ਢੀਂਗਾ ਮਾਰਦਿਆ ਸਾਡੀਆਂ ਲਾਸ਼ਾਂ ਤੋਂ ਨਹਿਰ ਜਾਊ ਤੁਸੀਂ ਉਹ ਕਦੋਂ ਸੀ ਕਿੱਥੇ ਸੀ ਲਾਸ਼ਾਂ ਵਿਛਾਉਣ ਵਾਲੇ ਪੰਜਾਬ ਦੇ ਪਾਣੀਆਂ ਦੀ ਖਾਤਰ ਜ ਜਦੋਂ ਬਾਦਲ ਦੇਵੀ ਲਾਲ ਨਾਲ ਸਮਝੌਤਾ ਕਰਦਾ 100 ਰੁਪਏ ਦਾ ਚੈੱਕ ਲੈਂਦਾ ਔਰ ਰਿਕਾਰਡ ਗੱਲਾਂ ਅਸੈਂਬਲੀ ਚ ਬੋਲੀਆਂ ਹੋਈਆਂ ਗੱਲਾਂ ਨੇ 215 ਦੇ ਵਿੱਚ ਇੱਕ ਮਿੰਟ ਤੁਹਾਨੂੰ ਮੈਂ ਗੱਲ ਦੱਸਦਾ ਬੜੀ ਕਮਾਲ ਦੀ ਮੇਰੇ ਕੋਲ ਲਿਖੀ ਹੋਈ ਗੱਲ ਹੈ ਹਨੰਦਰ 215 ਦੇ ਵਿੱਚ ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਨਾ ਤਾਂ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਨਾ ਇੱਕ ਜਿਹੜੀ ਆਪਣੀ ਭਾਖੜਾ ਮੇਨ ਲਾਈਨ ਹੈ ਭਾਖੜਾ ਮੇਨ ਲਾਈਨ ਦੀਆਂ ਜਿਹੜੀਆਂ ਹਾਂ ਇਹ ਭਾਖੜਾ ਮੇਨ ਲੈਂਡ ਦੀਆਂ ਨਾ ਇਹਨਾਂ ਨੇ ਕੀ ਕੀਤੀਆਂ ਡੇਡ ਡੇਡ ਫੁੱਟ ਜਿਹੜੇ ਕਿਨਾਰੇ ਸੀਗੇ ਕੰਡੇ ਸੀ ਉੱਚੇ ਚੱਕ ਤੇ ਅੱਛਾ ਪਾਣੀ ਕਿੱਥੋਂ ਦਿੱਤਾ ਦੇਖੋ ਧਿਆਨ ਨਾਲ ਸੁਣਨ ਵਾਲੀ ਗੱਲ ਆ ਨਰਮਾਣਾ ਬ੍ਰਾਂਚ ਤੋਂ ਜਿਸੇ ਹੱਦ ਪੈਂਦੀ ਨਰਮਾਣਾ ਬ੍ਰਾਂਚ ਦੀ ਉੱਥੇ ਨਾਲ ਸਗਲਾ ਪਿੰਡ ਹੈ ਸਗਲੇ ਪਿੰਡ ਤੋਂ ਅੱਗੇ ਜਾ ਕੇ ਸਮੈਲਾਬਾਦ ਪਿੰਡ ਆਉਂਦਾ ਜੀ ਸਮੈਲਾਬਾਦ ਪਿੰਡ ਕੋਲੋਂ ਨਰਮਾਣਾ ਬ੍ਰਾਂਚ ਦੇ ਵਿੱਚੋਂ ਮੋੜ ਕੇ ਡਾਇਵਰਟ ਕਰਕੇ ਪਾਣੀ ਐਸਵਾਈਐਲ 'ਚ ਪਾਇਆ ਗਿਆ ਇਹ ਬਾਦਲ ਦੀਆਂ ਗੱਤਾਰੀਆਂ ਦੱਸ ਰਿਹਾ ਸੁਣ ਲਓ ਇਹ ਜਿੱਥੇ ਭੰਤ ਕਹਿ ਰਿਹਾ ਗੱਲ ਮੈਂ ਉੱਥੇ ਲਿਆਉਣਾ ਚਾਹੁੰਦਾ ਉਦੋਂ ਅੱਗੇ ਜਾਇਓ ਖਨੌਰੀ ਕੋਲੋਂ ਅੱਗੇ ਜਾ ਕੇ ਹਰਿਆਣੇ ਦੀ ਜਿਹੜੀ ਪਾਖੜਾ ਮੇਨ ਲਾਈਨ ਹੈ 30 ਕਿਲੋਮੀਟਰ ਦੂਰ ਕੜਸਾਂ ਪਿੰਡ ਪੈਂਦਾ ਹੈ ਕੜਸਾਂ ਪਿੰਡ ਦੇ ਕੋਲੋਂ ਹਰਿਆਣੇ ਨੂੰ ਪਾਣੀ ਫੇਰ ਦਿੱਤਾ ਗਿਆ ਉਹਦੇ ਵਿੱਚ ਫੇਰ ਮੋੜ ਕੇ ਪਾਰ ਦਿੱਤਾ ਗਿਆ ਤੇ ਉਸੇ ਸਾਲ 2015 ਦੇ ਵਿੱਚ ਡੇਢ ਡੇਢ ਫੁੱਟ ਜਿਹੜੇ ਉੱਚੇ ਕੰਢੇ ਕੀਤੇ ਗਏ ਇਹ ਗੱਲ ਕਿੱਥੋਂ ਸਾਹਮਣੇ ਆਈ ਹੋ ਸਕਦਾ ਗੱਲ ਸਾਹਮਣੇ ਨਾ ਆਉਂਦੀ ਇਹ ਨਾ ਇੱਕ ਆਪਣੇ ਸਾਬਕਾ ਵਿੱਤ ਮੰਤਰੀ ਰਹੇ ਨੇ ਮੰਤਰੀ ਹੁੰਦੇ ਸੀ ਉਦੋਂ ਹਰਿਆਣਾ ਸਰਕਾਰ ਚ ਇਹਨਾਂ ਨੇ ਆਰਟੀਆਈ ਪਾਈ ਤਾਂ ਆਰਟੀਆਈ ਦੇ ਵਿੱਚ ਸਾਰੀ ਗੱਲ ਸਾਹਮਣੇ ਆਈ ਹੈ ਉਦੋਂ ਬਾਅਦ ਸੱਚ ਸਾਹਮਣੇ ਆਇਆ ਵੀ ਤੁਸੀਂ ਪਾਣੀ ਦਾ ਰੌਲਾ ਪਾਉਂਦੇ ਆ ਪਾਣੀ ਦਾ ਆਪ ਨੂੰ ਮਿਲ ਰਿਹਾ ਇਹ ਗਦਾਰੀਆਂ ਦੱਸ ਰਹੇ ਮਤਨ ਨੂੰ ਜਿਹੜੇ ਕਹਿੰਦੇ ਸਹੀ ਕੁਰਬਾਨੀਦਾਰ ਵਾਲੇ ਆ ਤੇ ਅਸੀਂ ਸਾਡੀਆਂ ਲਾਸ਼ਾਂ ਤੋਂ ਵੀ ਪਾਣੀ ਜਾਊ ਕਰੇ ਜਿਹੜੇ ਦੂਜੇ ਕਹਿੰਦੇ ਰਾਜੇ ਬੜੰਗ ਤੇ ਬਾਜ ਬਿਰਗੇ ਅਸੀਂ ਬੂੰਦ ਨਹੀਂ ਦੇਣੀ ਤੇ ਤੀਜੀ ਗੱਲ ਆ ਜਾਂਦੀ ਹੁਣ SBYL ਦੇ ਉੱਤੇ ਮੇਨ ਮੁੱਦਾ ਅੱਜ ਪਖਿਆ ਹੋਇਆ ਅਸਲ ਕੀ ਹੋ ਰਿਹਾ ਅਸਲ ਹੋ ਰਿਹਾ ਵੰਤ ਨੂੰ ਤਾਂ ਇਹ ਲੱਗਦਾ ਕਿ ਮੈਂ ਇਹਨਾਂ ਨੂੰ ਜਮ੍ਹਾਂ ਖਤਮ ਕਰਕੇ ਤੇ 2024 ਦੀਆਂ ਜਮੀ ਜਿਹੜੀ 2024 ਦੀ ਚੋਣ ਐ ਐਮਪੀ ਦੀ ਉਹਦੇ ਲਈ ਮੈਂ ਜ਼ਮੀਨ ਆਪਦੀ ਐ ਪਧਰੀ ਕਰ ਲਾਂ ਕੋਈ ਡਿੱਕਾ ਨਾ ਹੋਵੇ ਕੋਈ ਉੱਚੀ ਨਹੀਂ ਨਾ ਹੋਵੇ ਸਾਫ਼ ਮੈਂ ਜਿੱਤ ਜਾ ਬਾਦਲਾਂ ਨੂੰ ਆਇਆ ਵੀ ਕੋਈ ਮਾੜਾ ਮੋਟਾ ਕੋਈ ਸਹਾਰਾ ਲੱਗ ਜੇ ਟਣਕੇ ਦਾ ਮਾੜਾ ਮੋਟਾ ਤੇ ਅਸੀਂ ਖੜੇ ਹੋ ਜਾਈਏ ਉਹ ਤਾਂ ਇੱਧਰ ਉੱਧਰ ਹੱਥ ਅੱਕੀ ਪੁਲਾ ਹੀ ਹੱਥ ਮਾਰਦੇ ਫਿਰਦੇ ਆ ਕਾਂਗਰਸੀਆਂ ਨੂੰ ਵੀ ਆਈਆਂ ਵੀਰ ਕਿਸੇ ਨਾ ਕਿਸੇ ਤਰੀਕੇ ਨਾਲ ਹੱਥ ਪਾਓ ਹਮ ਕੁਰਸੀ ਨੂੰ ਅਸਲ ਤਾਂ ਇਹ ਜਿਹੜੀ ਸਾਰੀ ਚਰਚਾ ਹੋ ਰਹੀ ਹੈ ਇਹ 2024 ਦੀ ਜ਼ਮੀਨ ਤਿਆਰ ਕਰਨ ਦੀ ਹੋ ਰਹੀ ਹੈ ਅਸਲ ਤਾਂ ਜੇ ਲੜਨਾ ਯਾਰ ਤੁਸੀਂ ਭਾਂਤਸਿਆਂ ਲੜਨਾ ਤੇਰੇ ਕੋਲ 1200 ਬੰਦੇ ਦੀ ਟੀਮ ਹੈ ਵਕੀਲਾਂ ਦੀ ਜਿਹਨੂੰ ਤੁਸੀਂ ਲੱਖਾਂ ਰੁਪਿਆ ਤਨਖਾਹ ਦਿੰਦੇ ਹੋ ਹਰ ਮਹੀਨੇ ਦੀ ਜਿੱਦਾਂ ਸੁਪਰੀਮ ਕੋਰਟ ਦਾ ਮਸਲਾ ਉੱਠਦਾ ਆਪਣਾ ਐਸਵਾਈਐਲ ਦਾ ਸੁਪਰੀਮ ਕੋਰਟ ਦਾ ਮਸਲਾ ਉੱਠਦਾ ਥੋੜਾ ਜੀ ਇਸਤੀਫਾ ਦੇ ਬੈਠਾ ਹੁੰਦਾ ਇੱਕ ਵੀ ਵਕੀਲ ਪੇਸ਼ ਨਹੀਂ ਹੁੰਦਾ ਪੰਜਾਬ ਤਰਫੋਂ ਦਿੱਲੀ ਦਾ ਕਿੰਨਾ ਵਕੀਲ ਪੇਸ਼ ਹੁੰਦਾ ਉਹ ਹਲਫਨਾਮਾ ਦਾਇਰ ਕਰਦਾ ਕੀ ਕਰਦਾ ਦੇਖੋ ਗਦਾਰੀਆਂ ਕਿ ਅਸੀਂ ਪਾਣੀ ਦੇਣ ਨੂੰ ਤਿਆਰ ਆ ਅਸੀਂ ਨਹਿਰ ਬਣਾਉਣ ਨੂੰ ਤਿਆਰ ਆ ਪਰ ਉੱਥੇ ਜੁਨੀਅਨਾਂ ਨੇ ਉੱਥੇ ਵਿਰੋਧੀ ਤਰ੍ਹਾਂ ਨੇ ਉੱਥੇ ਲੋਕਾਂ ਨੇ ਤਾਂ ਜੀ ਨਹਿਰ ਰੋਕ ਰੱਖੀ ਐ ਉੱਥੇ ਮਾਹੌਲ ਖਰਾਬ ਹੋਣ ਦਾ ਖਤਰਾ ਐ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ ਕਿ ਅਸੀਂ ਪਾਣੀ ਦੇਣ ਨੂੰ ਤਿਆਰ ਆ ਤੁਸੀਂ ਉੱਥੇ ਹੀ ਕੱਲ ਕਿਉਂ ਨਹੀਂ ਰੱਖੀ ਵੀ ਇੱਥੇ ਪਾਈ ਰੈਪਰੀਐਂਸ ਸਿਧਾਂਤ ਦੇ ਮੁਤਾਬਕ ਹੱਕ ਨਹੀਂ ਬਣਦਾ ਜੇ ਕ੍ਰishna ਕਵੇਰੀ ਮਹਾਨਦੀ ਦਾ ਪਾਣੀ ਨਰਬਦਾ ਦਾ ਪਾਣੀ ਰਿਪੀਰੈਂਸ ਦਾ ਦੇ ਮੁਤਾਬਕ ਪੰਡਿਆਗਾ ਤਾਂ ਪੰਜਾਬ ਦਾ ਪਾਣੀ ਅਸੀਂ ਕਿਵੇਂ ਦੇ ਦਈਏ ਤੁਸੀਂ 1966 ਦਾ ਪੁਨਰਗਠਨ ਐਕਟ ਦਾ 78 79 80 ਦੀ ਧਾਰਾ ਦੇ ਖਿਲਾਫ ਕਿਉਂ ਨਹੀਂ ਲੜ ਰਹੇ ਤੁਸੀਂ ਜਿਹੜਾ ਇੱਕ ਨਵਾਂ ਪੰਗਾ ਪਾ ਗਾਇਆ ਕੈਪਟਨ 2004 ਦੇ ਬਜੰਦਾ ਜਾਂਦਾ ਜਾਂਦਾ ਧਾਰਾ 5 ਵੀ ਜਿੰਨਾ ਪਾਣੀ ਜਾਂਦਾ ਉਹ ਜਾਂਦਾ ਰਹੂਗਾ ਉਹ ਨਹੀਂ ਰੋਕਣਾ 70% ਪਾਣੀ ਜਾ ਰਿਹਾ ਪੰਜਾਬ ਦਾ ਮੇਰੇ ਕੋਲ ਖੜ ਜੋ ਅੰਕੜਾ ਵੀ ਹੈਗਾ 70% ਪਾਣੀ ਪੰਜਾਬ ਦਾ ਜਿਹੜਾ ਉਹ ਜਾ ਰਿਹਾ ਹਰਿਆਣੇ ਨੂੰ ਆ ਰਾਜਸਥਾਨ ਨੂੰ ਦਿੱਲੀ ਨੂੰ 8.60 ਐਮਐਫ ਪਾਣੀ ਰਾਜਸਥਾਨ ਨੂੰ ਜਾਂਦਾ 3.50 ਐਮਐਫ ਪਾਣੀ ਹਰਿਆਣੇ ਨੂੰ ਜਾਂਦਾ 0.65 ਐਮਐਫ ਪਾਣੀ ਜੰਮੂ ਕਸ਼ਮੀਰ ਨੂੰ ਜਾਂਦਾ ਤੇ 0.b ਐਮਐਫ ਪਾਣੀ ਦਿੱਲੀ ਨੂੰ ਜਾਂਦਾ ਹੁਣੇ 70% ਦੀ ਪਾਣੀ ਜਸ ਪੰਜਾਬ ਦਾ ਉਹ ਆ ਜਿਹੜਾ ਪਾਣੀ ਸਾਰੇ ਕਾਨੂੰਨਾਂ ਨੂੰ ਸਿਧਾਂਤਾਂ ਨੂੰ ਸ਼ੱਕੇ ਟੰਕ ਕੇ ਪੰਜਾਬ ਦਾ ਜਾ ਰਿਹਾ ਜਿਹੜਾ 2004 ਦੇ ਵਿੱਚ ਕੈਪਟਨ ਇਹ ਬੰਝ ਗੱਡ ਗਿਆ ਧਾਰਾ 5 ਕਿ ਜਾਣਦਾ ਜਾਣ ਦਿਓ ਅਸੀਂ ਉਹ ਪੰਜਾਬ ਦਾ ਹੱਕ ਮੰਗਣਾ ਕਿ ਨਹੀਂ ਮੰਗਣਾ ਅਜੇ ਤਾਂ ਪਾਣੀ ਰੋਕਣਾ ਪੰਜਾਬ ਦਾ ਪੰਜਲ ਹੋ ਰਿਹਾ ਧਰਦੀ ਹਟ ਪਾਣੀ ਮੋਕ ਰਿਹਾ ਉਹੀ ਪਾਣੀ ਨੇ ਪੰਜਾਬ ਨੂੰ ਬਚਾਉਣਾ ਉਹ ਪਾਣੀਆਂ ਤੇ ਗੱਲ ਕਰਨ ਦੀ ਬਜਾਏ ਉਹਨਾਂ ਸਿਧਾਂਤਾਂ ਕਾਨੂੰਨਾਂ ਦੀ ਗੱਲ ਕਰਨ ਦੀ ਬਜਾਏ ਤੁਸੀਂ ਕਿੱਡਾ ਬੇਹੋਦਾ ਉਸੇ ਤਰਕਦਰੀਲ ਰੱਖ ਰਹੇ ਹਾਂ ਆਪਾਂ ਹਲਫਨਾਮਾ ਦਾਇਰ ਕਰ ਰਹੇ ਹਾਂ ਕਿ ਲੋਕ ਨਹੀਂ ਬਣਾਉਣ ਦਿੰਦੇ ਉਹਦਾ ਕੱਲ ਨੂੰ ਸੁਪਰੀਮ ਕੋਰਟ ਕਹੋ ਲੋਕ ਨਹੀਂ ਬਣਾਉਣ ਦਿੰਦੇ ਅਸੀਂ ਫੌਜ ਲਾ ਦਿੰਦੇ ਹਾਂ ਕਰਫੂ ਲਾ ਦਿੰਦੇ ਹਾਂ ਲੋਕਾਂ ਨੂੰ ਘਰਾਂ 'ਚ ਬੰਦ ਕਰ ਦਿੰਦੇ ਹਾਂ ਉਹ ਚਾਹੁੰਦੇ ਆ ਪੰਜਾਬ ਨੂੰ ਫੇਰ ਅਗਿ ਝੋਕਿਆ ਜਾਵੇ ਸੋ ਜਿਹਨੇ ਅਸਲ ਦੇ ਵਿੱਚ ਕੀ ਭਵੰਤ ਹੁਣ SYL ਦੀ ਸਰਵੇ ਕਰਨ ਵਾਲੀ ਟੀਮ ਨੂੰ ਰੋਕੂਗਾ ਅੜੂਗਾ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਰਹੇ ਹਾਂ ਤੁਸੀਂ ਬਿਲਕੁਲ ਦੇਖੋ ਨਾ ਗਦਾਰੀ ਕੀ ਹੋ ਰਹੀ ਆ ਇੱਕ ਪਾਸੇ ਕਹਿੰਦੇ ਆ ਅਸੀਂ ਲੜਨ ਨੂੰ ਤਿਆਰ ਆ ਅਸੀਂ ਪਾਣੀ ਨਹੀਂ ਦੇਣਾ ਦੂਜੇ ਪਾਸੇ ਤੁਸੀਂ ਆ ਗੱਲਾਂ ਕਰ ਰਹੇ ਆ ਤਾਂ ਇਹ ਜਿਹੜਾ ਪ੍ਰਾਪੇਗੰਡਾ ਜਾਂ ਜੋ ਪੰਜਾਬ ਨਾਲ ਹੋ ਰਿਹਾ ਹਲੇ ਵੀ ਯਾਰ ਜੇ ਪੰਜਾਬ ਦੇ ਲੋਕ ਨਹੀਂ ਸਮਝਣਗੇ ਫੇਰ ਤਾਂ ਰੱਬ ਹੀ ਬਚਾਉ ਪੰਜਾਬ ਦੇ ਲੋਕਾਂ ਨੂੰ ਅੱਜ ਦੀ ਡਿਬੇਟ ਦੀ ਜੇ ਗੱਲ ਕਰਾਂ ਤੁਸੀਂ ਕੀ ਮੰਨਦੇ ਹੋ ਸਿੱਟਾ ਇਸ ਤੋਂ ਪਹਿਲਾਂ ਤਾਂ ਚਲੋ ਤੁਹਾਨੂੰ ਵੀ ਇਹ ਸੀ ਕਿ ਮੈਨੂੰ ਜਾਣ ਦਿੱਤਾ ਜਾਊਗਾ ਮੈਂ ਆਪ ਦੇ ਸਵਾਲ ਜਿਹੜੇ ਰੱਖੂੰਗਾ ਹੋ ਸਕਦਾ ਮੈਨੂੰ ਸਵਾਲ ਪੁੱਛਣ ਦਾ ਵੀ ਮੌਕਾ ਦੇ ਦਿੱਤਾ ਜਾਵੇ ਇਹਨੂੰ ਪਹਿਲਾਂ ਇੱਕ ਆਸ ਸੀ ਮੈਨੂੰ ਨਾ ਇੱਕ ਤੁਹਾਡੀ ਗੱਲ ਰੋਕ ਕੇ ਸਵਾਲ ਕਰਦਾ ਮੈਨੂੰ ਮੈਂ ਕਹਿੰਦਾ ਜਮਾ ਹੀ ਨਹੀਂ ਸੀ ਇਹ ਵੀ ਯਾਰ ਮੈਨੂੰ ਇਹ ਰੋਕਣਗੇ ਮਹਿ ਰਿੱਡੀ ਤਾਂ ਗੱਲ ਨਹੀਂ ਆਪਾਂ ਨੂੰ ਕੱਦ ਲਈ ਰੁਕਣਗੇ ਮੈਨੂੰ ਐ ਸੀ ਮੈਂ ਇਸੇ ਕਰਕੇ ਸਾਰਾ ਉੱਥੇ ਤਾਮ-ਚਾਮ ਕਰ ਲਿਆ ਸੀ ਹਲਵਾਈ ਨੂੰ ਕਹਦਾ ਸੀ ਬਈ ਸਾਡੇ ਬੰਦੇ ਆਉਣਗੇ ਭਰਾਵੋ ਤੇ ਪਕੌੜੇ ਪਕੂੜੇ ਕੱਢਨੇ ਆਪਾਂ ਤੇ ਕੱਲ ਨੂੰ ਚਾਹ ਚੂ ਇੰਨਾ ਕੁ ਪ੍ਰਬੰਧ ਪਰ ਉਹ ਜਿਵੇਂ ਕਰ ਹੀ ਪੇ ਜਾਂਦੇ ਸੀਗੇ ਮੈਂ ਲਿ ਫੋਨ ਹੀ ਕਰਦਾ ਕੱਲ ਉੱਥੇ ਮੁੰਡਿਆਂ ਨੂੰ ਮੈਂ ਕਿਹਾ ਬਈ ਤੇਰੀ ਬੇਰੀ ਪੂਰੀ ਰੱਖਿਓ ਸਾਨੂੰ ਇੱਕ ਰੱਤੀ ਭਰ ਵੀ ਮੈਨੂੰ ਇਹ ਸੀ ਨਹੀਂ ਹੈ ਨਹੀਂ ਸੀ ਵੀਰੇ ਆਏ ਰੋਕ ਲੈਣਗੇ ਮੈਂ ਆ ਭਰਾਣਾ ਕਿ ਤੁਸੀਂ ਕਿਸ ਤਰੀਕੇ ਨਾਲ ਵਾਅਦਾ ਪੁਰਿਆ ਹੋ ਯਾਰ ਤੁਸੀਂ ਕਹਿੰਦੇ ਹੋ ਚਿਸ਼ੋਦੀਆ ਫੜ ਲਿਆ ਸਾਡਾ ਤੁਸੀਂ ਕਹਿੰਦੇ ਹੋ ਸਾਡਾ ਸੰਜੇ ਸਿੰਘ ਫੜ ਲਿਆ ਸਾਡੇ ਨਾਲ ਸਿਆਸੀ ਬਦਲਾਖੋਰੀ ਹੋ ਰਹੀ ਹੈ ਇਹ ਕਹਿੰਦੇ ਆ ਵੀ ਮੋਦੀ ਸਾਡਾ ਧੱਕਾ ਕਰ ਰਿਹਾ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਤੁਸੀਂ ਉਦੋਂ ਵੀ ਅੱਗੇ ਵਧ ਗਏ ਉਹਦਾ ਤੁਹਾਡਾ ਸੋਧੀਏ ਦੀ ਜਮਾਨਤ ਰੱਦ ਕਰੀ ਹੈ ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਇਹ ਆਪਣੀ ਜੱਜਮੈਂਟ ਦੇ ਵਿੱਚੇ ਲਿਖਿਆ ਕਿ ਜਿਹੜਾ 336 ਕਰੋੜ ਦਾ ਪੈਸਾ ਉਹ ਇਹ ਪੈਸੇ ਦਾ ਇਸ ਮਸਲੇ ਜਿਹੜੀ ਸ਼ਰਾਬ ਦੀ ਨੀਤੀ ਨੇ ਬਣਾਈ ਉਹ ਚ ਘਪਲਾ ਹੋਇਆ 8.5 ਮਹੀਨੇ ਦਾ ਸ਼ੋਦੀਆ ਬੰਦ ਹੈ ਅੰਦਰ ਫਿਰ ਜਮਾਨਤ ਕਿਉਂ ਨਹੀਂ ਹੋਗੀ ਤੁਸੀਂ ਕੱਟੜ ਇਮਾਨਦਾਰੀ ਦੀ ਗੱਲ ਕਰਦੇ ਨੇ ਕੱਟੜ ਇਮਾਨਦਾਰਾਂ ਸੀ ਕੱਟੜ ਇਮਾਨਦਾਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਜਸ ਇਮਾਨਦਾਰੀ ਦਾ ਪੈਮਾਨਾ ਕੀ ਹੁੰਦਾ ਅਸੀਂ ਲੋਕਾਂ ਨੇ ਇਮਾਨਦਾਰੀ ਦਾ ਪੈਮਾਨਾ ਸੈੱਟ ਕਰ ਲਿਆ ਵੀ ਮੈਂ ਰੁਪਿਆ ਨਹੀਂ ਖਾਂਦਾ ਤਾਂ ਹਾਂ ਜੋ ਮੈਂ ਇਮਾਨਦਾਰਾਂ ਨਾ ਮੈਂ ਇਹ ਪੈਮਾਨਾ ਨਹੀਂ ਮੰਨਦਾ ਮੈਂ ਇਹਨੂੰ ਇਮਾਨਦਾਰੀ ਨਹੀਂ ਮੰਨਦਾ ਮੈਂ ਕਹਿੰਦਾ ਮੈਂ ਆਪਣੀ ਧਰਤੀ ਪ੍ਰਤੀ ਆਪਣੇ ਲੋਕਾਂ ਪ੍ਰਤੀ ਆਪਣੇ ਵਿਰਸੇ ਪ੍ਰਤੀ ਆਪਣੀ ਬੋਲੀ ਪ੍ਰਤੀ ਆਪਣੇ ਕੰਮ ਪ੍ਰਤੀ ਮੈਂ ਸਮਰਪਿਤ ਕਿੰਨਾ ਹਾਂ ਮੈਂ ਉਹਨਾਂ ਪ੍ਰਤੀ ਕਿੰਨਾ ਇਮਾਨਦਾਰ ਹਾਂ ਕੀ ਮੈਂ ਆਪਣੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਹਾਂ ਹਵਾ ਪਾਣੀ ਧਰਤੀ ਨੂੰ ਬਚਾਉਣ ਲਈ ਕੀ ਮੈਂ ਆਪਣੀ ਬੋਲੀ ਨੂੰ ਬਚਾਉਣ ਲਈ ਲੜ ਰਿਹਾ ਹਾਂ ਕੀ ਮੈਂ ਆਪਣੇ ਇਤਿਹਾਸ ਨੂੰ ਸੰਭਾਲਣ ਲਈ ਲੜ ਰਿਹਾ ਹਾਂ ਕੀ ਮੈਂ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਲੜ ਰਿਹਾ ਹਾਂ ਇਹ ਹੁੰਦੀ ਹੈ ਇਮਾਨਦਾਰੀ ਦੇ ਅਸਲ ਜੇ ਆਪਾਂ ਕਿਸੇ ਕਿਸਵੱਟੀ ਦੇ ਉੱਤੇ ਆਪਾਂ ਪਰਖਣਾ ਹੋਵੇ ਇਮਾਨਦਾਰ ਕੀ ਹੁੰਦਾ ਹੁਣ ਇਹ ਕਹਿੰਦਾ ਮੈਂ 1 ਰੁਪਿਆ ਨਹੀਂ ਖਾਂਦਾ ਸਵਾਲ ਆ ਵੀ ਮੈਂ ਅੱਜ ਵੀ ਬੋਲਿਆ ਵੀ ਮੈਂ 1 ਰੁਪਿਆ ਇੱਧਰ ਨਹੀਂ ਜਾਣ ਦਿੰਦਾ ਉੱਧਰ ਨਹੀਂ ਜਾਣ ਦਿੰਦਾ ਮੈਂ ਬੂੰਦ ਬੂੰਦ ਨਾਲ ਭਾਈ ਦਰਿਆ ਭਰੂੰਗਾ ਇੱਕ ਇੱਕ ਪੈਸਾ ਬਚਾਉਂਗਾ ਤੂੰ ਅੱਜ ਵਾਲੇ ਪ੍ਰੋਗਰਾਮ ਦੀ 5 ਕਰੋੜ ਖਰਚਤਾ ਕਿੱਥੋਂ ਆਇਆ ਪੈਸਾ ਉਹ ਸਾਡੇ ਇਹੀ ਤਾਂ ਸਵਾਲ ਨੇ ਕਿ ਤੂੰ 40 ਲੱਖ ਰੁਪਇਆ ਜਾਨਣਾ ਚਾਹ ਕੇ ਮਧ ਪ੍ਰਦੇਸ਼ ਲੈ ਕੇ ਜਹਾਜ਼ ਉੱਡ ਜਾਣਾ ਹੈ ਕਿ ਜਰੀਬਾਲ ਨੂੰ ਬਿਠਾ ਕੇ ਮਹਾਰਾਸ਼ਟਰ ਉੱਡ ਜਾਣਾ ਹੈ ਜਾਂ ਯੂਪੀ ਉੱਡ ਜਾਣਾ ਹੈ ਜਾਂ ਬੰਗਾਲ ਉੱਡ ਜਾਣਾ 40 ਲੱਖ ਚੱਕ ਗਿੜਾ ਪੈਂਦਾ ਹੈ ਇਹ ਬਰਬਾਦੀ ਨਹੀਂ ਲੁੱਟ ਨਹੀਂ ਪੰਜਾਬ ਦੇ ਪੈਸੇ ਲਈ ਜਾਂ ਦੱਸੋ ਇਹ ਬੇਈਮਾਨੀ ਧੋਖਾ ਨਹੀਂ ਪੰਜਾਬ ਦੇ ਨਾਲ ਤੁਸੀਂ 800 ਕਰੋੜ ਰੁਪਇਆ ਸਿਹਾਰਾਂ ਦੇ ਖਰਚਤਾ ਅੱਜ ਕੱਡੇ-ਕੱਡੇ ਬੋਰਡ ਲੱਗੇ ਸੀ ਲੁਧਿਆਣੇ ਦੇਖਿਆ ਉਹ ਦਿਓ ਕਦ ਬੋਰਡ ਲੱਗੇ ਇੱਕ ਬੋਰਡ 10000 ਚ ਪਿਆ ਹੋਣਾ ਇਹ ਲੁੱਟ ਨਹੀਂ ਲੋਕਾਂ ਦੀ ਇਹ ਫਿਰ ਬੇਈਮਾਨੀ ਨਹੀਂ ਤੁਸੀਂ ਕਹਿੰਦੇ ਹੋ ਬੇਈਮਾਨੀ ਨਹੀਂ ਕਰ ਰਹੇ ਅਸੀਂ ਰੁਪਈਆ ਨਹੀਂ ਅਦਰ ਉਦਰ ਜਾਣ ਦੇਣਾ ਕਿੰਨਾ ਪੈਸਾ ਤੁਸੀਂ ਕੋਈ ਜਵਾਬ ਦਿੱਤਾ ਹੁਣ ਤੱਕ ਵੀ ਰਾਗਵ ਚੱਡੇ ਦਾ ਮੰਗਣਾ ਕਪੂਰਥਲਾ ਹਾਊਸ 'ਚ ਹੋਇਆ ਮੁੱਖ ਮੰਤਰੀ ਦੇ ਘਰੇ ਦਿੱਲੀ ਵਾਲੇ ਖਰਚਾ ਪੰਜਾਬ ਸਰਕਾਰ ਕਰਦੀ ਹੈ ਚੱਡੇ ਦਾ ਵਿਆਹ ਹੁੰਦਾ ਰਾਜਸਥਾਨ ਦੇ ਸਭ ਤੋਂ ਮਹਿੰਗੇ ਹੋਟਲ 'ਚ 10 ਲੱਖ ਰੁਪਈਆ ਕਰਾਇਆ ਇੱਕ ਦਿਨ ਦਾ ਕਮਰੇ ਦਾ ਕਿੰਨੇ ਰੁਪਈਆ ਦਾ ਖਰਚਾ ਕਰਦਾ ਕੌਣ ਹੈ ਪੰਜਾਬ ਸਰਕਾਰ ਕਰ ਰਹੀ ਹੈ ਤੁਸੀਂ ਕਹਿੰਦੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ 45 ਲੱਖ ਰੁਪਈਆ ਲਾਤਾ ਬੰਗਲੇ ਤੇ ਕੇਜਰੀਵਾਲ ਨੇ ਜੱਡੇ ਕੇਜਰੀਵਾਲ ਕੋਲੇ ਜੈਡ ਪਲਸ ਸਿਕਿਉਰਿਟੀ ਪੰਜਾਬ ਵੱਲੋਂ 45 ਲੱਖ ਦਾ ਖਰਚਾ ਇੱਕ ਮਹੀਨੇ ਦਾ ਐਮਐਲਏ ਕੋਲ ਦਿੱਲੀ ਵਾਲਿਆਂ ਕੋਲੇ ਮੰਤਰੀਆਂ ਕੋਲੇ ਪੰਜਾਬ ਸਰਕਾਰ ਵੱਲੋਂ ਸਿਕਿਉਰਿਟੀ ਦਿੱਤੀਆਂ ਜਾਂਗੀਆਂ ਸਾਡੇ ਕੋਲੇ ਇੱਥੇ ਨਫਰੀ ਨਹੀਂ ਹੈਗੀ ਸਾਡੇ ਰੋਜ਼ ਇੱਥੇ ਦਿਨ ਦਿਹਾੜੇ ਕੋਈ ਵਪਾਰੀ ਨੂੰ ਮਾਰ ਗਏ ਕੋਈ ਦੁਕਾਨਦਾਰ ਨੂੰ ਮਾਰ ਗਏ ਪੁਲਿਸ ਦਾ ਘਟ ਹੈ ਜੀ ਇਹ ਬੇਈਮਾਨੀ ਨਹੀਂ ਹੈਗੀ ਤੁਸੀਂ ਕਹਿੰਦੇ ਅਸੀਂ ਪਾਣੀ ਬਚਾਉਣਾ ਤੁਸੀਂ ਉਹੀ ਬੰਦੇ ਹੋ ਜਿਹੜੇ ਕਦੇ ਇੱਥੇ ਬੈਠ ਕੇ ਆਪਣੇ ਤੇ ਵੀਡੀਓ ਪਾਉਂਦੇ ਹੁੰਦੇ ਸੀਗੇ ਬੁੱਢੇ ਦਰਿਆ ਦੇ ਉੱਤੇ ਕਿ ਆਹ ਸਾਨੂੰ ਕੈਂਸਰ ਮਾਰ ਰਿਹਾ ਹੁਣ ਕਿੱਥੇ ਹੋ ਭਾਈ ਹੁਣ ਵੀ ਤਾਂ ਪਾਣੀ ਪੀ ਰਹੇ ਹੁਣ ਵੀ ਤਾਂ ਲੋਕਾਂ ਨੂੰ ਕੈਂਸਰ ਹੋ ਰਿਹਾ ਤੁਸੀਂ ਉਹੀ ਬੰਦੇ ਹੋ ਜਿਹੜੇ ਕਨੇ ਚਿੱਟਾ ਖਤਮ ਕਰਾਂਗੇ 4 ਮਹੀਨਿਆਂ ਚ ਕਿੱਥੇ ਗਿਆ ਭਾਈ ਤੁਹਾਡੀਆਂ ਗਰੰਟੀਆਂ ਦਿੱਤੀਆਂ ਹੋਈਆਂ ਬੇਅਦਬੀ ਦਾ ਇਨਸਾਫ ਦੇਵਾਂਗੇ ਕਿੱਥੇ ਨੇ ਉਹ ਗੱਲਾਂ ਸਾਡੇ ਚੱਕ ਚੱਕ ਮੁੰਡੇ ਨਸੇ ਲੱਗ ਡਿਬਰੂਗੜ ਸਿਰ ਤੇ ਝੂਠੇ ਮੁਕੱਦਮਿਆਂ ਚ ਫਸਾ ਕੇ ਉਹ ਕਿੱਥੇ ਨੇ ਕਹਾਣੀਆਂ ਸਾਰੀਆਂ ਯਾਰ ਇਹ ਇਹ ਸਾਰੀਆਂ ਉਹ ਤਮਾਮ ਗੱਲਾਂ ਨੇ ਜਿੰਨਾਂ ਰ ਇਹਨਾਂ ਕੋਲ ਜਵਾਬ ਹੀ ਹੈ ਨਹੀਂ ਜਿਹਦੇ ਕਰਕੇ ਭੱਜੇ ਡਰੇ ਮੈਂ ਫੇਰ ਕਹਿਣਾ ਮੈਂ ਅੱਜ ਚੈਲੰਜ ਕਰਦਾ ਸੋਡੇ ਕੋਲੇ ਯਾਰ ਅਸੀਂ ਰੱਖਾਂ ਹਾਂ ਇਕੱਠ ਆਉਣ ਵਾਲੇ ਦਿਨਾਂ 'ਚ ਪੰਜਾਬ ਦਾ ਖੁੱਲਾ ਮੰਚ ਰੱਖਾਂਗੇ ਸਾਰੇ ਪੰਜਾਬੀਆਂ ਨੂੰ ਸੱਦਾ ਦੇਵਾਂਗੇ ਬੱਚੇ ਬਾਦਲਾਂ ਨੂੰ ਬੱਚੇ ਕਾਂਗਰਸੀਆਂ ਨੂੰ ਬੱਚੇ ਭੀਜਪੀ ਨੂੰ ਬੱਚੇ ਕਮਿਊਨਿਸਟਾਂ ਨੂੰ ਬੱਚੇ ਆਮ ਆਦਮੀ ਪਾਰਟੀ ਨੂੰ ਇਹ ਬੈਠਣਗੇ ਸਟੇਜ ਤੇ ਅਸੀਂ ਕੋਈ ਸਵਾਲ ਨਹੀਂ ਪੁੱਛਣਾ ਕੋਈ ਬੋਲਣਾ ਨਹੀਂ ਲੋਕਾਂ ਨੂੰ ਕਹਾਂਗੇ ਵੀ ਆਹ ਲੋਕ ਹੈ ਤੁਸੀਂ ਇਹਨਾਂ ਤੋਂ ਵੋਟਾਂ ਲੈ ਕੇ ਰਾਜੇ ਬਣੇ ਹੋ ਇਹਨਾਂ ਨੇ ਸਿਰ ਤੇ ਬਿਠਾਇਆ ਇਹਨਾਂ ਦੇ ਸਵਾਲਾਂ ਜਵਾਬ ਦਿਓ ਐ ਅਹਿਮਦ ਉੱਥੇ ਆ ਕੇ ਦੇ ਦੇ ਜਵਾਬ ਅੱਜ ਮੀਠਿਆ ਕਹਿੰਦਾ ਵੀ ਖੁੱਲਾ ਮੰਚ ਬਣਾਓ ਅਸੀਂ ਸਦਾ ਹੀ ਖੁੱਲਾ ਮੰਚ ਯਾਰ ਆਓ ਜਿੱਦੇ ਆਉਣਾ ਹੋਇਆ ਥੋੜੀ ਜਿਹੀ ਹਿੰਮਤ ਤਾਂ ਕਿਸੇ 'ਚ ਵੀ ਹਿੰਮਤ ਨਹੀਂ ਅੱਖਾਂ 'ਚ ਅੱਖਾਂ ਪਾ ਕੇ ਲੋਕਾਂ ਦੇ ਗੱਲਾਂ ਕਰ ਦੇਣਾ ਕੀ ਲੱਗਦਾ ਆਜੂ ਕੋਈ ਵੀ ਮੈਨੂੰ ਪਤਾ ਨਹੀਂ ਆਉਣਾ ਕਿਸੇ ਨੇ ਇਹ ਅੱਜ ਬਹਾਨਾ ਬਣਾ ਕੇ ਦੂਜੇ ਚਾਰੇ ਭੱਜ ਗਏ ਉਹਦੇ ਭਵੰਤ ਭੱਜੂ ਮੇਰੀ ਸਿਕਿਉਰਿਟੀ ਦਾ ਮਸਲਾ ਹੈ ਮੇਰਾ ਇਹਦਾ ਮਸਲਾ ਮੈਂ ਆ ਕੁਝ ਵੀ ਆ ਜਾਣੇ ਕੋਈ ਨਾ ਕੋਈ ਬਹਾਨਾ ਬਣਾਉਣਗੇ ਲੋਕਾਂ ਜਾ ਕੇ ਨਹੀਂ ਉਹ ਸਾਰੇ ਚੋਰ ਇਕੱਠੇ ਹੋਏ ਆ ਵੈਸੇ ਉਹ ਗੱਲਾ ਲੱਖੇ ਨੂੰ ਅੱਜ ਦੁੱਖ ਲੱਗਾ ਕਿ ਲੱਖੇ ਨੂੰ ਜਾਨ ਨਹੀਂ ਦਿੱਤਾ ਗਿਆ ਜਿਵੇਂ ਤੁਸੀਂ ਕਿਹਾ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਮੈਨੂੰ ਰੋਕਣਗੇ ਪਰ ਸਨੀ ਤੌਰ ਤੇ ਜੇ ਮੈਂ ਪੁੱਛਾਂ ਨਿੱਜੀ ਤੌਰ ਤੇ ਦੁੱਖ ਲੱਗਾ ਕਿ ਯਾਰ ਮੈਂ ਅੱਜ ਸੁਭਾਲ ਰੱਖਣੀ ਤੇ ਮੈਨੂੰ ਜਾਨ ਤੱਕ ਨਹੀਂ ਦਿੱਤਾ ਗਿਆ ਐਡਾ ਮੈਂ ਕੀ ਮਾੜਾ ਕਰਦਾ ਯਾਰ ਦੁੱਖ ਤਾਂ ਜੱਸ ਤੱਕ ਆਪਾਂ ਡੈਮੋਕਰੇਸੀ ਡੈਮੋਕਰੇਸੀ ਦਾ ਰੌਲਾ ਪਾਉਨੇ ਆ ਥੋੜੀ ਆਵਾਜ਼ ਹੀ ਦਬ ਲਈ ਜਾਵੇ ਯਾਰ ਤੁਹਾਨੂੰ ਇਹ ਕਿਹਾ ਜਾਵੇ ਮੈਨੂੰ ਇਥੇ ਕਮਰੇ 'ਚ ਤਾੜ ਕੇ ਵੀ ਸਾਹ ਸਾਡੇ ਮੁਤਾਬਕ ਲਾਏ ਕਿਵੇਂ ਹੋ ਸਕਦਾ ਯਾਰ ਸੰਭਵ ਹੈਗਾ ਹੈ ਤੱਕਨ ਦਾ ਹੋਰ ਕੀ ਆਏ ਏ ਇੱਕ ਪੁਲਿਸ ਰਾਜ ਬਣਦਾ ਜਾ ਰਿਹਾ ਪੰਜਾਬ ਕੀ ਭਵੰਤ ਪੁਲਿਸ ਦੇ ਜ਼ੋਰ ਦੇ ਉੱਤੇ ਡੰਡੇ ਦੇ ਜ਼ੋਰ ਦੇ ਉੱਤੇ ਲੋਕਾਂ ਦੇ ਰਾਜ ਕਰੂਗਾ ਇਹਨੂੰ ਡੰਡਾ ਰਾਜ ਹੀ ਆ ਫਿਰ ਵੀ ਅਸੀਂ ਕਿਸੇ ਨੂੰ ਆਉਣ ਨਿਕੜ ਨਹੀਂ ਦੇਣਾ ਕੇਰ ਲਓ ਸਾਡੀ ਮਰਜ਼ੀ ਹੈ ਕਮਾਲ ਹੈ ਯਾਰ ਤੁਸੀਂ ਕਿਤੇ ਵੀ ਨਹੀਂ ਜਾ ਸਕਦੇ ਦਾ ਮਤਲਬ ਯਾਰ ਹੱਦ ਹੋ ਗਈ ਐਦੋਂ ਮੈਂ ਮੈਂ ਇੱਥੇ ਕੈਪਟਨ ਨੂੰ ਵੀ ਮੈਂ ਬਹੁਤ ਪੁੱਠਾ ਅਦਾ ਬੋਲਦਾ ਰਿਹਾ ਵੀ ਇਹ ਰੂਸ ਆਲਮ ਦਾ ਯਾਰ ਹੈ ਇਹ ਆਸ਼ਕਾ ਇਹ ਯਾਸ਼ ਹੈ ਇਹਨੇ ਪੰਜਾਬ ਬਰਬਾਦ ਕਰਤਾ ਇਹਨੇ ਐ ਕਰਤਾ ਐ ਕਰਤਾ ਮਾਰ ਅਗਰੇ ਦੇਖ ਕਰ ਜੇ ਮੇਰੇ ਘਰੇ ਪੁਲਿਸ ਆ ਗਈ ਜਬ ਮੈਨੂੰ ਕਿਰਾ ਪਾ ਲਿਆ ਜਾਂ ਮੇਰੇ ਤੇ ਪਰਚਾ ਦੇਤਾ ਇਹਨਾਂ ਨੇ ਮੇਰੇ ਤੇ ਕਹਿ ਪਰਚੇ ਦਾ ਮੇਰੇ ਪੁਰਾਣੇ ਖੋਲੀ ਬੈਠੇ ਆ ਉਹ ਇੱਕ ਤਰਨ ਤਾਰਨ ਚਿੱਟੇ ਵਾਲਾ ਦਿੱਤਾ ਸੀ ਹੁਣ ਤੂੰ ਇਹ ਦੇਖਾ ਹੋ ਸਕਦਾ ਆਉਣ ਵਾਲੇ ਦਿਨਾਂ ਚ ਮੈਂ ਐ ਵੈਸੇ ਡੀਜੀਪੀ ਪੰਜਾਬ ਨੂੰ ਚਿੱਠੀ ਵੀ ਕੱਢੀ ਆ ਮੈਂ ਸੁਪਰੀਮ ਕੋਰਟ ਦੇ ਵਿੱਚ ਵੀ ਆਪਣਾ ਹਾਈ ਕੋਰਟ ਦੇ ਵਿੱਚ ਵੀ ਮੈਂ ਆਪਣਾ ਪਟੀਸ਼ਨ ਦਰਕਰਨੀ ਆ ਵੀ ਮੈਨੂੰ ਦੱਸਿਆ ਜਾਵੇ ਵੀ ਭਾਈ ਮੇਰੇ ਤੇ ਕਿਹੜੇ ਕਿਹੜੇ ਮੁਕਾਦਮੇ ਦਰਜ ਕਰੀ ਬੈਠੇ ਆ ਕੀ ਪਤਾ ਇੱਥੇ ਮੇਰੇ 20 ਮੁਕਦਮੇ ਦਰਜ ਕਰੀ ਬੈਠੇ ਹੁਣ ਕੱਲ ਨੂੰ ਕਹੇਚ ਵੀ ਜੋੜ ਦੇਣਗੇ ਕੋਈ ਵੀ ਐਫ ਆਰ ਕੱਟ ਕੇ ਰੱਖ ਲਈ ਕੱਲ ਨੂੰ ਫੜ ਕੇ ਫਿਰ ਚ ਪਾ ਕੇ ਨਾਮਿਤ ਕਰਕੇ ਅੰਦਰ ਦੇ ਦੇਣਗੇ ਖੈਰੇ ਨਾ ਕੀ ਹੋ ਰਿਹਾ ਉਹ ਇੱਕ ਗੱਲ ਦੀ ਲਜਾ ਲਿਆ ਵੀ ਗੁਰਦੇਵ ਸਿੰਘ ਨੇ ਫੋਨ ਕੀਤਾ ਇਹਨੂੰ ਦੱਸ ਉਹਦਾ ਤੁਸੀਂ ਆਏ ਲਜਾ ਲਿਆ ਵੀ ਗੁਰਦੇਵ ਨੇ ਫੋਨ ਕੀਤਾ ਬਲੈਕੀਏ ਨੇ ਫੋਨ ਕਾਲ ਤੇ ਤੇ ਹਰਜੋਤ ਬੈਂ ਦਾ ਨਾਮ ਲੈ ਕੇ ਮਰਗੀ ਕੁੜੀ ਬਜਾਰੀ ਨਹਿਰ ਚ ਖੁਦਕੁਸ਼ੀ ਕਰ ਗਈ ਉਹਦਾ ਨਾਮ ਵੀ ਲੈ ਕੇ ਗਈ ਚਿੱਠੀ ਤੇ ਉਹਦਾ ਕੋਈ ਸੁਣ ਬਾਈ ਨਹੀਂ ਤੱਕਾ ਨਹੀਂ ਤਾਂ ਹੋਰ ਕੀ ਆ ਫਿਰ ਇਹ ਤੱਕੇ ਜੋ ਲੋਕ ਉੱਠਦੇ ਨੇ ਯਾਰ ਜਦੋਂ ਐਂ ਉੱਠਦੇ ਨੇ ਲੋਕ ਤੇ ਪੰਜਾਬ ਤਾਂ ਹਮੇਸ਼ਾ ਪੰਜਾਬ ਨੇ ਹਮੇਸ਼ਾ ਰਿਐਕਟ ਕੀਤਾ ਪੰਜਾਬ ਐ ਨਹੀਂ ਵੀ ਤੁਸੀਂ ਐ ਬਹੁਤ ਇਦੋਂ ਤਾਂ ਵੱਡੇ ਵੱਡੇ ਆਏ ਨੇ ਜਿਨ੍ਹਾਂ ਦੇ ਬਣਾ ਪੱਤਾ ਨਹੀਂ ਸੀ ਹਲਦਾ ਦੁਨੀਆ 'ਚ ਇਹਨੂੰ ਤਾਂ ਫੇਰ ਵੀ ਕੁਛ ਨਹੀਂ ਇਹਦਾ ਉਹਨਾਂ ਨੂੰ ਲੋਕਾਂ ਨੇ ਗੌਲਿਆ ਉਹਨਾਂ ਦੇ ਖਿਲਾਫ ਲੋਕਾਂ ਨੇ ਵਿਗਲ ਵਜਾਤੇ ਯਾਰ ਇੰਟਰਨੈਟ ਖੜਕਾਤੀ ਸੀਗੀ ਇਹਦਾ ਫੇਰ ਵੀ ਕੁਛ ਨਹੀਂ ਮੈਂ ਗੱਲ ਕਹਿੰਦਾ ਵੀ ਠੀਕ ਨਹੀਂ ਤੁਸੀਂ ਸਿੱਟਾ ਕੀ ਕੱਢਦੇ ਹੋ ਕੁੱਲ ਮਿਲਾ ਕੇ ਜੇ ਅੱਜ ਦੀ ਡਿਬੇਟ ਦੀ ਗੱਲ ਕਰਾਂ ਅੱਜ ਦੀ ਡਿਬੇਟ ਦਾ ਫਿਰ ਹੁਣ ਸਿੱਟਾ ਕੀ ਨਿਕਲਿਆ ਪਹਿਲਾਂ ਤਾਂ ਇਹ ਸੀ ਕਿ ਵਿਰੋਧੀ ਆਉਣਗੇ ਸਵਾਲ ਜਵਾਬ ਹੋਣਗੇ ਲੋਕਾਂ ਨੂੰ ਵੀ ਪਤਾ ਲੱਗ ਜੂ ਕੌਣ ਸਹੀ ਆ ਕੌਣ ਗਲਤ ਆ ਪਰ ਹੁਣ ਤੁਸੀਂ ਸਿੱਟਾ ਕੀ ਮੰਨਦੇ ਹੋ ਕਿ ਯਾਰ ਆ ਡਿਬੇਟ ਹੋਈ ਅੱਜ ਸਿੱਟਾ ਇਹ ਨਿਕਲਿਆ ਕੀ ਮੰਨਦੇ ਹੋ ਸਿੱਟਾ ਦੇਖ ਜਸ ਤੁਸੀਂ ਇਹ ਦੇਖੋ ਵੀ ਅੱਜ ਦੀ ਡਿਬੇਟ ਦਾ 5-7 ਕਰੋੜ ਰੁਪਇਆ ਖਰਚਣ ਤੋਂ ਸਵਾਇ ਮੈਨੂੰ ਇਹਦੀ ਪ੍ਰਾਪਤੀ ਦੱਸ ਦਿਓ ਪੰਜਾਬ ਦੇ ਕਿਸੇ ਵੀ ਗੰਭੀਰ ਮਸਲੇ ਦਾ ਹੱਲ ਦੱਸ ਦਿਓ ਕੀ ਬੀਬੀਐਮਬੀ ਦੇ ਸਾਡੀ ਦਾਵੇਦਾਰੀ ਮਜ਼ਬੂਤ ਹੋ ਗਈ ਕੀ ਡੈਮ ਸਾਡੇ ਕੋਲੇ ਆ ਗਈ ਕੀ ਰਾਜਤਾਨੀ ਸਾਨੂੰ ਮਿਲ ਗਈ ਕੀ ਐਸਵਾਈਐਲ ਦਾ ਮਸਲਾ ਹੱਲ ਹੋ ਗਿਆ ਕੀ ਚਿੱਟੇ ਦਾ ਮਸਲਾ ਹੱਲ ਹੋ ਗਿਆ ਕੀ ਬੇਅਦਵੀ ਦਾ ਮਸਲਾ ਹੱਲ ਹੋ ਗਿਆ ਕੀ ਰੇਤਾ ਲੋਕਾਂ ਨੂੰ ਸਸਤਾ ਮਿਲਣ ਲੱਗ ਗਿਆ ਕੀ ਰਿਸ਼ਵਤ ਬੰਦ ਹੋ ਗਈ ਕੋਸ਼ਿਸ਼ ਤਾਂ ਦੱਸ ਦਿਓ ਜੇ ਭਵੰਤਸਿਆਂ ਇਹੀ ਗੱਲਾਂ ਕਰਨੀਆਂ ਆਂ ਸੋਸ਼ਲ ਮੀਡੀਆ ਤੇ ਬੈਠ ਕੇ ਕਰ ਦਿੰਦਾ ਭਰਾਵਾ ਹੈਗਾ ਤੇਰੇ ਕੋਲੇ ਪੇਜ ਆਪਣਾ ਪਲੇਟਫਾਰਮ ਹੈਗਾ ਕਿਉਂ 5 ਕਰੋੜ ਰੁਪਇਆ ਲਾਇਆ ਨਾਲ ਉਹ ਇੰਨੀ ਪੁਲਿਸ ਤੇ ਨਜ਼ਰਾਂ ਤੋਂ ਤੰਗ ਕੀਤੀ ਸਾਰਾ ਲੁਧਿਆਣਾ ਸੀਲ ਕਰਕੇ ਰੱਖਿਆ ਨਾ ਮੇਰੇ ਵਰਗੇ ਨੂੰ ਤਾੜੀ ਰੱਖਿਆ ਕੀ ਲੋੜ ਸੀ ਬਿਰੇ ਡਰਾਮਾ ਕਰਨ ਦੀ ਪਰ ਤੁਸੀਂ ਕੀ ਮੰਨਦੇ ਹੋ ਵੀ ਇੱਕ ਇਸ਼ਤਿਹਾਰ ਬਾਜੀ ਸੀ ਜਿਹੜੀ ਇੱਕ ਦਿਨ ਦੀ 5-7 ਕਰੋੜ ਦੇ ਵਿੱਚ ਪੰਜਾਬ ਨੂੰ ਪਈ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਤਾਂ ਦਿਖ ਹੀ ਰਿਹਾ ਨਾ ਉਹ ਤਾਂ ਸਿਰਫ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਸਿਰਫ ਉਹਨਾਂ ਨੇ ਉਹ ਦੇਖਣਾ 24 ਦਿਖਦਾ ਵੀ ਦਰਨ ਦੇ ਵਿਰੋਧੀਆਂ ਨੂੰ ਮੈਂ ਮੰਨ ਲਓ ਮਨਿੰਦਰ ਕੋਈ ਪਿੰਡ ਦਾ ਸਰਪੰਚ ਹੁੰਦਾ। ਸਵਾਲ ਸਰਪੰਚ ਨੂੰ ਹੋਊਗਾ ਪਿੰਡ ਦੇ ਆਮ ਬੰਦੇ ਨੂੰ ਹੋਊਗਾ। ਸਵਾਲ ਮੈਂ ਕੋਈ ਪਿੰਡ ਨੂੰ ਪੁੱਛਣਾ ਜਾ ਕੇ ਮੰਨ ਲਓ ਸਰਪੰਚ ਨੂੰ ਸਰਪੰਚ ਸਾਹਿਬ ਤੁਸੀਂ ਸੋਡੇ ਕੋਲ 2-3 ਸਾਲ ਤੁਸੀਂ ਹੋਗੇ ਤੁਸੀਂ ਆਹ ਕੰਮ ਨਹੀਂ ਕੀਤਾ ਇਹ ਨਹੀਂ ਕੀਤਾ। ਮੈਂ ਸਰਪੰਚ ਨੂੰ ਬਹੁਤ ਸਾਬਕਾ ਸਰਪੰਚ ਕੋਲ ਮੈਂ ਜਾ ਗੂਗਾ ਵੀ ਭਾਈ ਤੂੰ ਆਹ ਨਹੀਂ ਕੀਤਾ। ਸਾਬਕਾ ਸਰਪੰਚ ਦਾ ਲੋਕਾਂ ਨੇ ਹਰਾ ਤਾਂ ਅਨਕਾਰਤਾ। ਹੁਣ ਸਵਾਲ ਤਾਂ ਭਵੰਤ ਨੂੰ ਹੋਣੇ ਆ ਨਾ 19 ਮਹੀਨਿਆਂ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ। ਸੁਖਵੀਰ ਨੂੰ ਕਿਹਨੇ ਪੁੱਛਣਾ ਹੈ? ਮਜੀਠੀਏ ਨੂੰ ਕਿਹਨੇ ਪੁੱਛਣਾ ਬੜਿੰਗ ਨੂੰ ਕਿਹਨੇ ਪੁੱਛਣਾ ਬਾਜ ਬੇਜਖੜ ਨੂੰ ਕਿਹਨੇ ਪੁੱਛਣਾ ਉਹ ਹਾਰੇ ਹੋਏ ਨਕਾਰੇ ਹੋਏ ਬੰਦਿਆਂ ਨੂੰ ਲਲਕਰੇ ਮਰੀ ਜਾਂਦਾ ਯਾਰ ਦਸਤੰਤ ਇਹਨਾਂ ਗੱਲਾਂ ਦਾ ਉਹ ਤਾਂ ਫਿਰ ਮੈਂ ਫੇਰ ਕਹਿੰਦਾ ਜੋ ਇੰਨੇ ਜੋਗਰੇ ਹੁੰਦੇ ਤਾਂ ਤੈਨੂੰ ਲੋਕ ਕਿਉਂ ਬਹੌਂਦੇ ਉਸ ਕੁਰਸੀ ਤੇ ਅੱਜ ਵੀ ਉੱਥੇ ਖੜਾ ਆ ਤੂੰ ਅੱਜ ਵੀ ਉਹ ਕੁਛ ਕਰ ਰਹਿਆ ਆ ਤੂੰ ਸੋ ਇਸ ਕਰਕੇ ਮੈਂ ਕਹਿੰਦਾ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਯਾਰ ਮਸਲਾ ਬਹੁਤ ਗੰਭੀਰ ਆ ਦੇਖੋ ਪੰਜਾਬ ਦੀ ਘੇਰਾਬੰਦੀ ਹੋ ਰਹੀ ਆ ਪੰਜਾਬ ਦੇ ਮਸਲੇ ਬਹੁਤ ਗੰਭੀਰ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਤੇ ਗੁਜ਼ਰੂਗਾ ਪ੍ਰਵਾਸ ਕੱਢਾ ਵੱਡਾ ਮਸਲਾ ਕਾਬਜ ਹੋ ਜਾ ਰਹੇ ਨੇ ਸਾਡੇ ਚਾਰਚਪੀਰੇ ਇੱਥੇ ਬਾਹਰਲੇ ਜਿਹੜੇ ਭਈਏ ਆ ਕੇ ਕਾਬਜ ਹੋ ਰਹੇ ਨੇ ਹਮਮ ਕੁੱਲ ਸਾਡੇ ਸਰਕਾਰੀ ਪ੍ਰਾਈਵੇਟ ਨੌਕਰੀਆਂ ਤੇ ਜ਼ਮੀਨਾਂ ਸਾਡੀਆਂ ਉਹ ਦਬਖ ਰਹੇ ਨੇ ਖੋ ਰਹੇ ਨੇ ਖਰੀਦ ਰਹੇ ਨੇ ਘਰਾਂ ਦੇ ਸਾਡੇ ਉਹ ਕਾਬਜ ਹੋ ਗਏ ਛੱਤਰ ਸਾਡੇ ਉਹ ਮਾਰਨ ਲੱਗ ਗਏ ਆ ਕੇ ਇਹ ਕਿੱਡੇ ਵੱਡੇ ਮਸਲੇ ਨੇ ਪੰਜਾਬ ਖਾਲੀ ਹੋ ਰਿਹਾ ਪਿੰਡਾਂ 'ਚ ਕੱਲੇ ਬਜ਼ੁਰਗ ਰਹਿਗੇ ਇਹ ਕਿਸੇ ਨੂੰ ਨਹੀਂ ਦਿਖਦਾ ਸਭ ਤੋਂ ਵੱਡਾ ਸੰਕਟ ਆਉਣ ਵਾਲੇ ਸਮੇਂ ਦੇ ਵਿੱਚ ਜਸ ਮੇਰੀ ਗੱਲ ਯਾਦ ਰੱਖੋ ਇਹ ਆਉਣਾ ਕਿਉਂਕਿ ਅਸੀਂ ਕਿਸੇ ਪਾਸੇ ਹੋਰ ਕੋਈ ਗੱਲਬਾਤ ਸਾਡੇ ਨਾਲ ਉੱਚੀ ਨਹੀਂ ਵੀ ਹੋ ਜੇ ਘਟਨਾ ਵਾਪਰ ਜੇ ਜੋ ਹੋਵਾਂਗੇ ਜਾਉਂਦੇ ਇੱਥੇ ਮੌਜੂਦ ਹਾਂਗੇ ਲੜ ਕੇ ਠੀਕ ਕਰ ਲਾਂਗੇ ਸੰਘਰਸ਼ ਕਰਕੇ ਠੀਕ ਕਰ ਲਾਂਗੇ ਜੇ ਹੋਈ ਨਾ ਮਰਦਮਸ਼ਮਾਰੀ ਹੋਣ ਵਾਲੀ ਆ 11 ਤੋਂ ਬਾਅਦ ਹੋਵੇ ਸ਼ਾਇਦ ਉਹਦੇ ਚ ਮੈਨੂੰ ਐ ਲੱਗਦਾ ਆਪਾਂ ਬੈਸੀ ਘਟ ਜਾਣਾ ਕਿੰਨੇ ਛਾਛ ਦੇ ਨਾਲ ਗੈਰੀ ਦੇ ਨਾਲ ਚਾਰ ਚਪੇਰੇ ਮਹਾਲੀ ਜੀਰਖਪੁਰ ਖਡ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਸਾਰੋ ਪ੍ਰਵਾਸੀਆਂ ਨੂੰ ਲਿਆ ਕੇ ਇੱਥੇ ਵੋਟਾਂ ਬਣਾ ਕੇ ਉਹਨਾਂ ਨੂੰ ਕਾਬਜ਼ ਕਰਾਇਆ ਜਾ ਰਿਹਾ ਕਿਤੇ ਕੋਈ ਵਿਚਾਰ ਕਰਨ ਦੀ ਇਹਨਾਂ ਨੂੰ ਸਮਝ ਹੀ ਨਹੀਂ ਹੈਗੀ ਜਦ ਮੈਂ ਕਹਿੰਨਾ ਜਿੰਨੀਆਂ ਵੀ ਏ ਤਰ੍ਹਾਂ ਦੇ ਜੇ ਪੰਜਾਬ ਨਾ ਜਾਉਂਦਾ ਰਿਹਾ ਇਹ ਲੋਕ ਨਾ ਜਾਂਦੇ ਰਹੇ ਜਿਨ੍ਹਾਂ ਨੂੰ ਸਰਦਾਰੀਆਂ ਦਿੱਤੀਆਂ ਪਹਿਲਾਂ ਜਾਂ ਹੁਣ ਦਿੱਤੀਆਂ ਜਾਂ ਤੁਸੀਂ ਲੈਣਾ ਚਾਹੁੰਦੇ ਆ ਤਾਂ ਤੁਸੀਂ ਸਰਦਾਰੀਆਂ ਕਿਵੇਂ ਲੈਣਾ ਤੁਸੀਂ ਕੁਰਸੀਆਂ ਦੇ ਕਿਵੇਂ ਬੈਠੋਗੇ ਜੇ ਪੰਜਾਬ ਹੀ ਨਹੀਂ ਜਾਂਦਾ ਰਿਹਾ ਤਾਂ ਲੜਾਈ ਤਾਂ ਪੰਜਾਬ ਨੂੰ ਬਚਾਉਣ ਦੀ ਇਹ ਹੀ ਗੱਲ ਮੈਂ ਜਸ 27 ਨੂੰ ਬੋਲਿਆ ਸੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਦੋਂ ਮਜੀਠੀਆ ਪਨਾਜਾਖੜ ਤੇ ਚੰਨੀ ਸਾਹਿਬ ਵਰਗੇ ਸਾਰੇ ਬੈਠੇ ਸੀ ਵੀ ਆਰ ਤੁਹਾਨੂੰ ਉਦੋਂ ਹੀ ਪੰਜਾਬ ਕਿਉਂ ਚਿੰਤਜਾਉਂਦਾ ਇਹ ਤਾਂ ਸੱਤਾ ਤੋਂ ਬਾਹਰ ਹੁੰਦੇ ਆ ਤੁਸੀਂ 15-15 20-20 ਸਾਲ ਰਾਜ ਕੀਤਾ ਯਾਰ ਤੁਸੀਂ ਭਾਈਵਾਲ ਰਹੇ ਹੋ ਭਾਜਪੀ ਦੇ ਨਾਲ ਕਾਂਗਰਸੀ ਸਰਕਾਰ ਇੱਥੇ ਵੀ ਰਹੀ ਔਥੇ ਵੀ ਰਹੀ ਹੈ ਦਿੱਲੀ 'ਚ ਵੀ ਰਹੀ ਹੈ ਉਦੋਂ ਇਹ ਗੱਲਾਂ ਕਿਉਂ ਨਹੀਂ ਚੇਤੇ ਆਈਆਂ ਅੱਜ ਕਿਉਂ ਹੁਣ ਅੱਜ ਮੈਂ ਮੈਂ ਗੱਲ ਕਹੀ ਅੱਜ ਮੰਨ ਲਓ ਕੱਲ ਨੂੰ ਆਉਣ ਵਾਲੇ ਸਮੇਂ 'ਚ ਕੋਈ ਹੋਰ ਸਰਕਾਰ ਆ ਗਈ ਆ ਝਾੜੂ ਵਾਲੇ ਪਾਸੇ ਹੋ ਗਏ ਉਦੋਂ ਇਹੋ ਜਿਹੇ ਡਿਬੇਟਾਂ ਕਰੀ ਜਾਂਦੇ ਹੋਣਗੇ ਇਹ ਇਕੱਠੇ ਹੋਏ ਬੈਠੇ ਹੋਣਗੇ ਵੀ ਹਾਂ ਪੰਜਾਬ ਮਰ ਗਿਆ ਪੰਜਾਬ ਮਰ ਗਿਆ ਹੁਣ ਮੌਕਾ ਪੰਜਾਬ ਕੋਲੇ ਕਿਉਂ ਨਹੀਂ ਭਵਾਂਸਿਆ ਇਮਾਨਦਾਰੀ ਨਾਲ ਤੂੰ ਐ ਆ ਕੇ ਗੱਲ ਕਰਦਾ ਲੋਕਾਂ ਦੇ ਅੱਖਾਂ 'ਚ ਕਪਾ ਕੇ ਮੱਥੇ ਸਾਹਮਣੇ ਲਾ ਕੇ ਵੀ ਹਾਂ ਯਾਰ ਕਿਉਂ ਦਿੱਲੀ ਦਾ ਦਾਬਾ ਬੰਨੀ ਬੈਠਾ ਛੱਡ ਦਾ ਬੱਦਲੀ ਦਾ ਜੇ ਕੋਈ ਦਾਬਾ ਹੈਗਾ ਦੱਸ ਦੇ ਸਾਨੂੰ ਲੋਕਾਂ ਨੂੰ ਦੱਸ ਮੇ ਪਾ ਹੀ ਮੈਨੂੰ ਤਾਂ ਡੱਬੀ ਬੈਠੇ ਆ ਤੁਹਾਨੂੰ ਲੱਗਦਾ ਕੋਈ ਦਾਬਾ ਨਹੀਂ ਮੈਨੂੰ ਤਾਂ ਇਹੀ ਲੱਗਦਾ ਮੈਨੂੰ ਐਂ ਲੱਗਦਾ ਜਿਹੜਾ ਅੱਜ ਵਾਲਾ ਪ੍ਰੋਗਰਾਮ ਅਰੇਂਜ ਕੀਤਾ ਹੈ ਸਾਰਾ ਦਿੱਲੀ ਵਾਲਿਆਂ ਨੇ ਕੀਤਾ ਮੈਨੂੰ ਇਹ ਲੱਗਦਾ ਕਿਉਂ ਸੁਣੀ ਨਹੀਂ ਕਹਿੰਦੀ ਰਬੜ ਦੀ ਮੋਹਰ ਹੈ ਹੁਣ ਜੇ ਇੱਕ ਪਾਸੇ ਭਵੰਤ ਕਹਿੰਦਾ ਕਿ ਮੈਂ ਇਥੇ ਸਮਝ ਲੱਗਦੀ ਹੈ ਨਾ ਕਿ ਮੈਂ ਪਾਣੀਆਂ ਦੇ ਉੱਤੇ ਅਸੀਂ ਬਹੁਤ ਕਲੀਅਰ ਨਾ ਕੀਜੀਏ ਅਸੀਂ ਛੱਡਣਾ ਨਹੀਂ ਪੰਜਾਬ ਦਾ ਪਾਣੀ ਸੰਦੀਪ ਪਾਟਕ ਦਾ ਜਵਾਬਦੇਹੀ ਕਰੂਗਾ ਭਵੰਤ ਦਾ ਮਰਦਿਸ ਜਵਾਬਦੇਹੀ ਕਰੂਗਾ ਜਿਹੜਾ ਆ ਕੇ ਪੰਜਾਬ ਦੀ ਸਰਕਾਰੀ ਕੋਠੀ ਚ ਪੰਜਾਬ ਦੇ ਘਰ ਚ ਬਹਿ ਕੇ ਕਹਿੰਦਾ ਕਿ ਪਾਣੀ ਦਾ ਹਰਿਆਣਾ ਨੂੰ ਲੈ ਕੇ ਜਾਵਾਂਗੇ ਉਹਨਾਂ ਨੂੰ ਪੁੱਛੂਗਾ ਇਹ ਗੱਲ ਬਲਾਕੇ ਕੋਲੇ ਮੁੱਖ ਮੰਤਰੀ ਆ ਉਹ ਵੱਡੀ ਤਾਕਤ ਆ ਰਾਜ ਸਭਾ ਮੈਂਬਰ ਤੇ ਦੂਜੇ ਤੇ ਜਿਹਦਾ ਬਹੁਤ ਥੱਲੇ ਰਹਿ ਗਏ ਪਰ ਨਹੀਂ ਹੋਣਾ ਕਿਉਂਕਿ ਜਿਹੜੀ ਜਿਹੜੀ ਨੀਤੀ ਦਿੱਲੀ ਵਾਲੇ ਜੋ ਚਲਾਉਣਾ ਚਾਹੁੰਦੇ ਆ ਉਹੀ ਹੋ ਰਹੀ ਆ ਉਸ ਭਾਵ ਨਾਲ ਉਹ ਜਿਵੇਂ ਇਹਨੂੰ ਹਦਾਇਤਾਂ ਆਉਂਦੀਆਂ ਨੇ ਉੱਪਰੋਂ ਵੀ ਆਹਾ ਸ਼ਬਦ ਬੋਲਣੇ ਆ ਇਹ ਤੋਂ ਵੱਧ ਨਹੀਂ ਬੋਲਣਾ ਆਹਾ মিডিਆ ਕਵਰ ਕਰੂਗਾ ਆ ਐਂਕਰੂ ਐਂਕਰੂਗਾ ਇਹ ਸਾਰਾ ਕੁਝ ਉੱਥੇ ਚੱਲ ਕੇ ਉੱਥੇ ਤਿਆਰ ਹੋ ਕੇ ਆਉਂਦਾ ਜੀ ਲੱਖੇ ਭਾਈ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਭਾਈ ਲੱਖਾ ਸਿੰਘ ਸਦਾਣਾ ਹੋਰੀ ਸੀ ਔਰ ਜਿਨ੍ਹਾਂ ਨੇ ਦੁੱਖ ਵੀ ਪ੍ਰਗਟਾਇਆ ਕਿ ਜਿਸ ਤਰ੍ਹਾਂ ਦੇ ਨਾਲ ਮੈਨੂੰ ਘਰ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਉਹ ਕਹਿੰਸੀ ਕਿ ਮੈਂ ਜਾਣਾ ਚਾਹੁੰਦਾ ਸੀ ਇੱਕ ਦੁੱਖ ਵੀ ਆ ਕਿ ਮੈਂ ਜਾਣਾ ਚਾਹੁੰ ਸੀ ਆਪਣੇ ਸਵਾਲ ਜਿਹੜੇ ਉਹ ਰੱਖਣਾ ਚਾਹੁੰ ਸੀ ਕਹਿੰਦੇ ਇਹ ਵੀ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਖੁੱਲੀ ਸਟੇਜ ਜਿਹੜੀ ਆ ਪਬਲਿਕ ਸਟੇਜ ਦੇ ਵਿੱਚ ਇੱਕ ਵਿਚਾਰ ਚਰਚਾ ਜਿਹੜੀ ਆ ਉਹ ਰੱਖਾਂਗੇ ਜਿਸ ਦੇ ਵਿੱਚ ਸਾਰੀਆਂ ਤਰ੍ਹਾਂ ਹੋਣੀਆਂ ਜਿਸ ਦੇ ਵਿੱਚ ਮੈਂ ਵੀ ਜਾਊਗਾ ਜਿਸ ਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਹੋਊਗਾ ਹਰ ਇੱਕ ਪੰਜਾਬੀ ਨੂੰ ਖੁੱਲਾ ਸੱਦਾ ਹੋਊਗਾ ਤੇ ਜੇਕਰ ਇਹ ਚਾਹੁੰਦੇ ਨੇ ਸਵਾਲਾਂ ਦੇ ਜਵਾਬ ਦੇਣੇ ਜੇਕਰ ਵਾਕਿਆ ਦੇ ਵਿੱਚ ਇਹ ਪੰਜਾਬ ਦੀ ਗੱਲ ਕਰਨੀ ਚਾਹੁੰਦੇ ਨੇ ਤਾਂ ਉੱਥੇ ਆ ਕੇ ਪੰਜਾਬ ਦੀ ਗੱਲ ਜਿਹੜੀ ਆ ਉਹ ਜ਼ਰੂਰ ਕਰ ਜੁੜੇ ਰਹੋ ਆਰੇਮ ਵੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰੇ ਬਾਂਦੇ ਹੋ ਇਜਾਜ਼ਤ ਧੰਨਵਾਦ ਜੀ